ਬਹੁਤ ਧੰਨਵਾਦ। 500 ਰੁਪਈਆ ਮੈਨੂੰ ਦੇ ਕੇ ਗਏ ਆ ਅਤੇ ਕਮਲ ਹਮਾਂਜੂਪੁਰ ਕਨੇਡਾ ਆ ਫੜ ਇਹ ਹਮਾਂਜੂਪੁਰ ਕਨੇਡਾ ਕਮਲ ਉਹਨਾਂ ਦੇ ਫਾਦਰ ਸਾਹਿਬ ਆ ਜਾਂਦੇ ਆ ਬਾਈ ਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ। ਵੀਰੋ ਇਹ ਇਨਸਾਨ ਨੇ ਜਦੋਂ ਨਾਗਰੇ ਦਾ ਹਮਾਂਜੂਪੁਰ ਅਸੀਂ ਖੇਡ 2014 'ਚ ਕਰਾਉਣ ਲੱਗੇ ਸੀ ਉੱਥੇ ਖੇਡ ਕੈਂਸਲ ਹੋ ਗਈ ਕਿਉਂਕਿ ਬੰਦ ਹੋ ਗਈਆਂ ਸੀ। ਫਿਰ ਉਦੋਂ ਮੈਨੂੰ ਮੋਟਰਸਾਈਕਲ ਇਹਨਾਂ ਨੇ ਨਾਗਰੇ ਲਿਆ ਕੇ ਇੱਥੇ ਦਿੱਤਾ। ਬਹੁਤ ਧੰਨਵਾਦ। ਜੇ ਕਿਸੇ ਟਾਈਮ ਕੀਪਰ ਨੂੰ ਸਭ ਤੋਂ ਪਹਿਲਾਂ ਮੋਟਰਸਾਈਕਲ ਦਿੱਤਾ ਹੋਊ ਆਹ ਚੱਲਿਆ ਕਾਲੀ ਪੱਗ ਵਾਲਾ ਵੀਰੋ ਵੱਡੇ ਦਿਲ ਦਾ ਮਾਲਕ ਆ ਇਹਨੂੰ ਕਹਿੰਦੇ ਆ ਜਿੱਥੇ ਵੱਡਾ ਸਾਹਿਬ ਬੀਰਮੀ ਵਾਲਾ ਬਿੰਦਰ ਅਤੇ ਨਾਲ ਹੀ ਹਰੇ ਝੁੱਲ ਚੱਲਿਆ ਧਨੋ ਭਾਜਦਾ ਹੁੰਦਾ ਸੀ ਕਿਲਾ ਰੈਪਰ ਦੀਆਂ ਹੀਟਾਂ 'ਚ ਜੋਤੀ ਧਨੋ ਬਾਈ ਬਿੱਟੂ ਹੋਣੀ ਚੱਲੇ ਆ ਅਤੇ ਦੇਖਦੇ ਆ ਵੀ ਕਹਾਣੀ ਕਿੱਥੇ ਜੁੜਦੀ ਆ। ਅੱਜ ਮੇਲਾ ਸਿਖਰ 'ਤੇ ਪਹੁੰਚਿਆ ਹੋਇਆ ਵਾ ਅਤੇ ਪਰਮਾਤਮਾ ਦੀ ਕਿਰਪਾ ਗੋਗਾ ਬਾੜੀਆਂ ਰਣਜੀਤ ਸਿੰਘ ਜੀ ਸੋਤਾ ਬਾੜੀਆਂ ਸੁੱਖਾ ਸੋਮਲ ਇੰਦੂ ਮੇਘਵਾਲ ਲੱਖੀ ਭੰਜਲਾ ਜਸਕਰਨ ਬਛੌੜੀ ਬਹੁਤ ਧੰਨਵਾਦ। ਪਰਮਵੀਰ ਸਿੰਘ ਜੀ ਬਛੌੜੀ ਵੱਡਾ ਸਤਿਕਾਰ ਆ ਵੀਰੋ। ਜਸ਼ਨ ਚੂੜਪੁਰ ਪਰਮਿੰਦਰ ਸਿੰਘ ਜੀ ਬਛੌੜੀ ਲੱਖਾ ਬਾੜੀਆਂ ਬੂਰ ਸਿੰਘ ਜੀ ਬਾੜੀਆਂ। ਮੈਂ ਬਾਈ ਗੋਗਾ ਸਿੰਘ ਉਹਨਾਂ ਨੂੰ ਬੇਨਤੀ ਕਰਾਂ ਵੀ ਸਟੇਜ ਦੇ ਨੇੜੇ ਆ ਜਾਓ। ਬਾਈ ਗੋਗਾ ਜੀ ਬੰਦਾ ਇੰਨਾ ਵੀ ਨਹੀਂ ਸਾਊ ਚਾਹੀਦਾ ਕਿਉਂਕਿ ਬੰਦੇ ਸਾਊ ਨੇ ਬਾਈ ਗੋਗੇ ਹੋਣੀ। ਸੋ ਦੇਖਦੇ ਹਾਂ ਵੀ ਗੱਲ ਕਿੱਥੇ ਜੁੜਦੀ ਆ ਅਤੇ ਪਰ ਆ ਜਾਓ ਬਸ ਗੁੰਮਾ ਆ ਗਿਆ ਆਓ ਬੈਠੋ ਸਟੇਜ 'ਤੇ ਬੈਠੋ ਜੀ। ਵਾਰ ਵਾਰ ਲੋੜ ਵਾ ਅਤੇ ਜਿੱਥੇ ਪਿਆਰ ਦੀਆਂ ਗੱਲਾਂ ਬਾਈ ਗੋਗੇ ਇੰਨਾ ਵੀ ਨਹੀਂ ਸਾਊ ਚਾਹੀਦਾ। ਅੱਜ ਤਾਂ ਗੋਲੀ ਚੱਲਣ ਵਾਲੀਆਂ ਹੀ ਗੱਲਾਂ ਨੇ। ਖੇਡ ਮੇਲਾ ਨਾਗਰੇ ਦਾ ਅੱਜ ਘੁੱਲੇ ਬਾੜੀਆਂ ਦਾ ਅੱਜ ਸੋਨੀ ਬਲ ਬਛੌੜੀ ਦਾ ਧਰੂ ਦੌਧਰ ਦਾ ਮਿੱਤਰੋ ਅਤੇ ਸੱਚੀ ਗੱਲ ਆ ਕੁੰਡੀਆਂ ਦੇ ਸਿੰਘ ਫਸੇ ਹੋਏ ਆ ਅਤੇ ਉੱਧਰੋਂ ਜਹਾਜ਼ ਵੀ ਉੱਡਦੇ ਆ ਅਤੇ ਦੁਨੀਆ ਦੇਖਣ ਲੱਗੀ ਹੋਈ ਆ ਬਈ ਬੈਲ ਗੱਡੀਆਂ 'ਤੇ ਇਕੱਠ ਕਈ ਮੇਲੇ ਇਕੱਠੇ ਕਰ ਲਈਏ ਅਤੇ ਉਹਦੇ ਜਿੰਨਾ ਇਕੱਠ ਹੋਇਆ ਹੋਇਆ ਵਾ ਅਤੇ ਅੱਜ ਸਿਖਰ ਹੋਇਆ ਹੋਇਆ ਅਤੇ ਲੋਕ ਅਨਬਾਨੀ ਐਨਕਾਂ ਲਾਈ ਫਿਰਦੇ ਆ ਅਤੇ ਦੇਖਦੇ ਹਾਂ ਵੀ ਗੱਲ ਅੱਜ ਕਿੱਥੇ ਜੁੜਦੀ ਆ। ਕਹਿੰਦੇ ਹਰ ਕੋਈ ਮਾੜਾ ਮਾੜਾ ਨਹੀਂ ਹੁੰਦਾ ਹਰ ਕੋਈ ਚੰਗਾ ਨਹੀਂ ਹੁੰਦਾ ਜਿਹੜਾ ਔਖੇ ਵੇਲੇ ਨਾਲ ਖੜੇ ਉਹਦੇ ਜਿਹਾ ਕੋਈ ਬੰਦਾ ਨਹੀਂ ਹੁੰਦਾ। ਸੱਚੀ ਗੱਲ ਆ ਮਿੱਤਰੋ ਅਤੇ ਆਹ ਚੱਲਿਆ ਪਿੰਡ ਬੀਲੇ ਵਾਲਾ ਕਾਲਾ ਦੇਖਿਓ ਇਹਦੀ ਕਰਾਮਾਤ ਵੀ ਬਈ ਫਿਰ ਕੀ ਗੱਲ ਬਣਦੀ ਆ। ਆਹ ਚੱਲਿਆ ਡੀਸੀ ਆਹ ਡੀਸੀ ਨਾਗਰੇ ਵਾਲਾ ਚੱਲਿਆ ਦੇਖਿਓ ਫਿਰ ਕਿੱਥੇ ਗੱਲ ਆ ਅਤੇ ਨਾਲ ਫੌਜੀ ਚੱਲਿਆ ਵਾ ਅਤੇ ਆਹ ਜੋਗਾ ਸਰਹਾਲੇ ਵਾਲਾ ਚੱਲਿਆ ਵਾ ਅਤੇ ਦੇਖਦੇ ਆ ਵੀ ਕਹਾਣੀ ਕਿੱਥੇ ਬਣਦੀ ਆ। ਅੱਜ ਮਿੱਤਰੋ ਇਹ ਗੋਗੀ ਹਰੀਪੁਰ ਵੱਡਾ ਸਤਿਕਾਰ ਆ ਬਾਈ ਪੱਪੂ ਜਗਤਪੁਰ ਡੋਗਰ ਹੋਣਾ ਦਾ ਵੱਡੀਆਂ ਗੱਲਾਂ ਨੇ। ਭੂੜੇ ਵਾਲੇ ਬਾਹੋ ਭੂੜੇ ਵਾਲੇ ਉਹ ਬੰਦੇ ਸਾਊ ਆ ਮਿੱਤਰੋ ਭੂੜੇ ਵਾਲੇ ਵੀ ਅਤੇ ਆਹ ਚੱਲਿਆ ਜਿੱਥੇ ਵੱਡੇ ਸਤਿਕਾਰ ਦੀਆਂ ਗੱਲਾਂ ਨੇ। ਰਣਧੀਰ ਸਿੰਘ ਜੀ ਬੀਪੁਰ ਬਹੁਤ ਧੰਨਵਾਦ। ਰਾਜੂ ਸਰਾਲਾ ਬਾਈ ਪੱਪੂ ਜਗਤਪੁਰ ਮੈਨੂੰ ਮਾਣ ਦੇ ਕੇ ਗਏ ਆ ਵੀਰੋ ਪਰਮਾਤਮਾ ਦੀ ਕਿਰਪਾ ਹੁਣੇ 1 ਤਰੀਕ ਨੂੰ ਮੇਲਾ ਕਰਾਇਆ ਅਤੇ ਜਿਹੜੇ ਹੁਣ ਬੱਚੇ ਹਜੇ ਸੁੱਖਾ ਨਾਗਰਾ ਅਤੇ ਇਹ ਬੱਚੇ ਧਰੂ ਦੌਧਰ ਹੋਣੀ ਜੱਗੀ ਆਸੀ ਕਲਾ ਹੋਣੀ ਇਹ ਗੁਰਮੁਖ ਹੋਣੀ ਇਹ ਪਹਿਲੇ 2, 3, 4 ਜਿਵੇਂ ਹਜੇ ਸਿੰਘ ਫਸੇ ਹੋਏ ਆ ਇਵੇਂ ਹੀ ਉੱਥੇ ਫਸੇ ਹੋਏ ਸੀਗੇ। 19-21 ਦੇ ਫਰਕ ਦੀਆਂ ਗੱਲਾਂ ਸੀ ਅਤੇ ਹਜੇ ਕਹਾਣੀ ਵਿੱਚ ਆ ਅਤੇ ਦੇਖਦੇ ਹਾਂ ਵੀ ਕੌਣ ਗੱਲ ਬਣਦੀ ਆ। ਕਹਿੰਦੇ ਗਿਰਗਟ ਖਤਰਾ ਦੇਖਦੇ ਰੰਗ ਬਦਲਦੀ ਆ ਅਤੇ ਇਨਸਾਨ ਮੌਕਾ ਦੇਖ ਕੇ ਰੰਗ ਬਦਲਦਾ। ਅੱਜ ਦੇਖਦੇ ਹਾਂ ਵੀ ਖੇਡ ਦਾ ਕੀ ਰੰਗ ਬਦਲਦਾ ਵਾ ਅਤੇ ਅੱਜ ਪੂਰੇ ਕੁੰਡੀਆਂ ਦੇ ਸਿੰਘ ਫਸੇ ਹੋਏ ਆ। ਉਹ ਲਾਈਵ ਵਾਲਿਓ ਕੀ ਗੱਲ ਹੋਈ ਆ ਦੁਨੀਆ ਪਾਗਲ ਹੋਈ ਬੈਠੀ ਆ ਆਪਦੀਆਂ ਸਕਰੀਨਾਂ ਖਾਣ ਨੂੰ ਫਿਰਦੀ ਆ ਬਈ ਅੱਜ ਕਹਾਣੀ ਸਿਖਰਲੇ ਡੰਡੇ 'ਤੇ ਪਹੁੰਚੀ ਹੋਈ ਆ। ਪੰਮ ਫੋਨ ਬੰਦ ਹੀ ਕਰਤਾ ਜੀਤੂ ਯਾਰ ਦੁਨੀਆ ਸਾਰੇ ਮੈਨੂੰ ਲਾਂਭੇ ਆਈ ਜਾਂਦੇ ਆ। ਕਿੱਥੇ ਆ ਜੱਗਾ ਲਾਡੀ ਰੋੜਾ ਭੈਣੀ ਇਹ ਜੱਗੇ ਹੋਣਾ ਦਾ ਅੱਛਾ ਬਲਰਾਜ ਬਿੱਲੂ ਦਾ ਸਪੁੱਤਰ ਬਾਈ ਸ਼ਿੰਦਰ ਦੇ ਮੁੰਡੇ ਹੋ ਹਾਂ ਨਹੀਂ ਤੀਜੇ ਨੂੰ ਨਹੀਂ ਤੀਜੇ ਅੰਕਲ ਨੂੰ ਤੀਜੇ ਦਾ ਕਿਉਂਕਿ ਬਲਰਾਜ ਬਿੱਲੂ ਭੈਣੀ ਰੋੜਾ ਵਾਲਾ ਵੀਰੋ ਜੇ ਕਿਸੇ ਨੂੰ ਕਹਿ ਦਈਏ ਵੀ ਗਧੇ 20 ਲੱਖ ਦੇ ਹੋ ਸਕਦੇ ਆ ਉਹ ਲਿਆਇਆ ਸੀ ਪਾਕਿਸਤਾਨੋਂ। ਮੈਨੂੰ ਸਟੇਜ 'ਤੇ ਚਾੜਨ ਵਾਲਾ ਵੀ ਬਲਰਾਜ ਬਿੱਲੂ ਭੈਣੀ ਰੋੜਾ ਵਾਲਾ ਵਾ ਅਤੇ ਉਹਦਾ ਭਤੀਜਾ ਅਚੇਚੇ ਤੌਰ 'ਤੇ ਪਹੁੰਚਿਆ ਅਤੇ ਸਤਿਕਾਰ ਆ ਬਾਈ ਗੋਗੇ ਹੁਣੀ ਦੇ ਰਹੇ ਉਹਨੂੰ ਪਰਮਾਤਮਾ ਦੀ ਕਿਰਪਾ ਬਾਈ ਗੋਗਾ ਬਾੜੀਆਂ ਲੈ ਚਲੋ ਬਾਈ ਜੀ ਅਤੇ ਵੱਡੇ ਸਤਿਕਾਰ ਆ ਸੁੱਖੇ ਬਹੁਤੇ ਸੋਹਣੇ ਮੁੰਡਿਆਂ ਨਾਲ ਆੜੀ ਲਾਉਣ ਲੱਗ ਗਿਆ ਤੂੰ ਹੈ ਪੰਮੇ ਨਾਲ ਹੋ ਜਾਓ ਬਹੁਤ ਧੰਨਵਾਦ ਅਤੇ ਦੇਖਦੇ ਹਾਂ ਵੀ ਕਹਾਣੀ ਕਿੱਥੇ ਖੜ ਗਿਆ ਜੀਤੂ ਦੁਨੀਆ ਕਹਿੰਦੇ ਵੀ ਹਾਜ਼ਰੀ ਲਵਾ ਦਿਆ ਕਰ ਜਿਹੜੇ ਫੋਨ ਸੁਣਦੇ ਆ ਜਾਂ ਇਹਦੇ ਸੁੱਖੇ ਨੂੰ ਫੜਾ ਦੇ ਕਿਉਂਕਿ
ਬੈਠੇ ਆ ਲੋਕ, ਸਕਰੀਨਾਂ ਭੈਣਾਂ ਬੈਠੀਆਂ ਨੇ, ਬੀਬੀਆਂ ਬੈਠੀਆਂ ਨੇ, ਹਜ਼ਾਰਾਂ ਬੰਦੇ ਬੈਠੇ ਆ ਮੇਰੇ ਕੋਲ। ਬੜਾ ਬੰਦ ਕਰਤਾ ਹੋਊ ਤੂੰ, ਕਿਉਂਕਿ ਲੋਕਾਂ ਨੇ ਹਾਜ਼ਰੀ ਲਵਾਈ ਆ। ਪੰਮੇ ਥੱਕ ਗਏ, ਕੀ ਗੱਲ ਆ, 500-400 ਫੋਨ ਹੀ ਆਇਆ ਸੀ, ਹੁਣੇ ਹੀ ਥੱਕ ਗਏ। ਸੁਣ ਲਿਆ ਕਰੋ, ਕਿਉਂਕਿ ਨਵੇਂ ਬੰਦੇ ਆ ਜਿਹੜੇ ਉਹ ਬੈਠੇ ਆ ਦੁਨੀਆਂ 'ਤੇ, ਅਤੇ ਪਰਮਾਤਮਾ ਦੀ ਕਿਰਪਾ। ਇੱਧਰੋਂ ਅਮੈਰੀਕਾ ਵਾਲੇ ਬੈਠੇ ਆ, ਲੈ ਚਲੋ। ਇਹ ਚੱਲਿਆ ਪਵਨ ਆ, ਪਵਨ ਮਿੱਤਰੋ ਲਾਲ ਝੋਲ ਦੇ ਵਿੱਚ ਦੁੱਧ ਰਾਲਾ, ਅਤੇ ਵੱਡੀਆਂ ਗੱਲਾਂ ਨੇ। ਪਵਨ ਦੇ ਨਾਲ ਹੀ ਕਾਲਾ ਬੈਲ ਚੱਲਿਆ ਵਾ, ਹੇੜੀ ਕੇ ਵਾਲਾ ਰਾਜ, ਹੇੜੀ ਕੇ। ਇਹਦੀ ਬੇਟੀ ਬੀਬੀ ਨੂੰ ਵੱਡਾ ਪਿਆਰ ਕਰਦੀ ਆ, ਅਜੇ ਛੋਟੀ ਉਮਰ ਆ। ਜਦੋਂ ਮੈਂ ਹੇੜੀ ਕੇ ਦਾ ਖੇਡ ਮੇਲਾ ਭਜਾਇਆ, ਕਹਿੰਦੇ ਹੇੜੀਆਂ ਗੁੰਮਾ ਲੈ ਗਿਆ ਪੈਸੇ ਆਪਦੇ, ਅੱਛਾ ਸ਼ਿਪ ਤੇ ਲਾਤੇ। ਵਾਹ, ਵੱਡੇ ਦਿਲ ਦੀਆਂ ਵੱਡੀਆਂ ਗੱਲਾਂ, ਸੁਕਾਉਣ ਦਿਲਾਂ ਦੀਆਂ ਜਾਣੇ, ਅਤੇ ਦੇਖਦਿਆਂ ਵੀ ਕਹਾਣੀ ਹਜੇ ਕਿੱਥੇ ਆ। ਅਤੇ ਪਰਮਾਤਮਾ ਦੀ ਕਿਰਪਾ ਮਿੱਤਰੋ, ਅੱਜ ਇਸ ਖੇਡ ਮੇਲੇ ਦਾ ਵੱਖਰਾ ਰੰਗ ਬਣਿਆ ਹੋਇਆ। ਕਹਿੰਦੇ ਤਮਾਸ਼ਾ ਇਸ ਦੁਨੀਆ ਵਿੱਚ ਸਵੇਰੇ ਸ਼ਾਮ ਹੁੰਦਾ, ਝੂਠ ਨੂੰ ਮਾਣ ਮਿਲਦਾ ਅਤੇ ਸੱਚ ਬਦਨਾਮ ਹੁੰਦਾ। ਸੋ ਗੱਲਾਂ ਸੱਚੀਆਂ ਨੇ ਵੀਰੋ, ਝੂਠ ਥੋੜ੍ਹਾ ਟਾਈਮ ਖੜਦਾ ਵਾ, ਅਤੇ ਜਦੋਂ ਫਿਰ ਸੱਚਾਈ ਸਾਹਮਣੇ ਆਉਂਦੀ ਆ ਤਾਂ ਵੱਖਰੀਆਂ ਗੱਲਾਂ। ਅਤੇ ਮੇਰੇ ਮਿੱਤਰਾਂ ਦੀ ਦੁਨੀਆ 'ਚੋਂ ਆਸ਼ੂ ਕਨੇਡਾ ਕਿਲਾ ਰੈਪਰ 1100 ਰੁਪਈਆ, ਕਮਲ ਹਮਾਂਜੂਪੁਰ ਕਨੇਡਾ 1000 ਰੁਪਈਆ, ਇਕਬਾਲ ਸਿਆੜ ਦੂਜੀ ਗੱਡੀ ਨੂੰ 1000, ਤੀਜੀ ਨੂੰ 500, ਸੋਨੀ ਬਿਛੌੜੀ ਪਾਲਾ ਬਾੜੀਆਂ ਸੁੱਖਾ ਨਾਗਰਾ ਗੋਲੂ ਜੋਧਾ ਬਿੰਦਰੀ ਬਿਛੌੜੀ ਤੀਜੀ ਗੱਡੀ ਨੂੰ ਵੀਰੋ 1000, ਗੁੰਮਾ ਸੌਸਪੁਰਾ 500, ਅਤੇ ਵੱਖਰੀਆਂ। ਆ ਚੱਲਿਆ ਮਿੱਤਰੋ ਰੋਡਾ ਕਾਈ ਨੌਰੀਆ, ਪਰਲੇ ਪਾਸੇ ਆ ਮਨਜੀਤ ਸ਼ਾਂਤਪੁਰੀਆ, ਅਤੇ ਨਾਲ ਹੀ ਉਰਲੇ ਪਾਸੇ ਆ ਇਹ ਆ ਬੀਟੋ ਛਪਾਰ ਵਾਲਾ, ਅਤੇ ਨਾਲ ਹੀ ਚੱਲਿਆ ਇਹ ਕੋਟ ਗੰਗੂ ਰਾਏ ਵਾਲਾ ਕਾਂਤਾ ਵਾ ਕਾਂਤਾ। ਦੇਖਦੇ ਆ ਕਹਾਣੀ ਕਿੱਥੇ ਬਣਦੀ ਆ। ਜਗਤਾਰ ਸਿੰਘ ਜੀ ਅਮਰਾਲਾ, ਉਹ ਵੀ ਪਹੁੰਚ ਗਿਆ, ਬਹੁਤ ਧੰਨਵਾਦ। 500 ਰੁਪਈਆ ਜਗਦੀਪ ਸਿੰਘ ਜੀ ਪ੍ਰਧਾਨ ਕੋਟ ਗੰਗੂ ਰਾਏ, 500 ਰੁਪਈਆ ਫੜ ਪਈਆ ਹਾਕਿਰ ਲਾ ਦੇ ਕੋਈ ਆ, ਉਹ ਤਾਂ ਖੁੱਲੇ ਦਿਲ ਆ ਮਿੱਤਰੋ, ਮਰੂ ਮਰੂ ਕਰਕੇ ਨਹੀਂ ਦਿਨ ਲੱਗਦੇ, ਦਿਲ ਹੋਣੇ ਚਾਹੀਦੇ ਆ ਜਵਾਨ। ਅੱਜ ਪਤਾ ਲੱਗਦਾ ਵੀ ਕਬੱਡੀ ਦੇ ਮੈਚਾਂ ਵਾਂਗੂ ਪਟਾਕੇ ਪੈਂਦੇ ਆ। ਪੰਮ ਫੋਨ ਸੁਣ ਲਾ, ਬੰਦੇ ਕਹਿੰਦੇ ਵੀ ਗੱਲ ਸੁਣ ਲਈ, ਕਈਆਂ ਦੀ ਹਾਜ਼ਰੀ ਲਵਾ ਲਈਏ, ਕਿਉਂਕਿ ਇਸ ਖੇਡ ਨੂੰ ਪਿਆਰ ਕਰਨ ਵਾਲੇ ਬੰਦੇ ਬਹੁਤ ਆ। ਅਤੇ ਕੋਈ ਨਾ ਫਿਰ ਆ ਲੈਣ ਦੇ ਲਾਂਭੇ, ਹੁਣ ਲਾਂਭਾ ਲਾਂਭੇ ਨੂੰ ਹੀ ਹੁੰਦਾ ਜੇ ਮਾਲਵਾ ਵਾਲੇ, ਉਹ ਖੇਡ ਨੂੰ ਬੜਾ ਮਾਣ ਦਿੱਤਾ ਤੁਸੀਂ। ਅਤੇ ਕਹਿੰਦੇ ਲੱਖਾਂ ਮਿਲ ਜਾਂਦੇ ਨੇ ਮੰਜ਼ਲਾਂ ਭਜਾਉਣ ਵਾਲੇ, ਕੁਝ ਵਿਰਲੇ ਹੀ ਹੁੰਦੇ ਆ ਸਿੱਧੇ ਰਾਹ ਪਾਉਣ ਵਾਲੇ, ਅਤੇ ਅੱਜ ਇਹ ਰਾਹ ਸਿੱਧਾ ਵਾ। ਮੈਨੂੰ ਬਾਪੂ ਜੀ ਹੋਣੀ 500 ਰੁਪਈਆ ਮਾਣ ਦੇ ਕੇ ਗਏ ਆ, ਬਹੁਤ ਧੰਨਵਾਦ। ਅਤੇ ਪਰਮਾਤਮਾ ਦੀ ਕਿਰਪਾ, ਅੱਜ ਦੇਖਦੇ ਹਾਂ ਵੀਰੋ ਕਹਾਣੀ ਕਿੱਥੇ ਜੁੜਦੀ ਆ। ਅਤੇ ਅੱਜ ਇਸ ਖੇਡ ਦਾ ਵੱਡਾ ਰੰਗ ਆ, ਅਤੇ ਪਰਮਾਤਮਾ ਦੇ ਮੇਲੇ ਦੇ ਵਿੱਚ। ਬਾਈ ਜੀ ਲਿਆਓ ਲਿਆਓ, ਕਿਹੜਾ ਹਜੇ ਖੇਡ ਬਾਕੀ ਆ, ਦੇਖਦੇ ਹਾਂ ਵੀ ਕੌਣ ਜਾਂਦਾ ਵਾ। ਅਤੇ ਆ ਗਿਆ ਮਿੱਤਰੋ ਆ ਭੂਦਨ, ਮਾਨੇ ਖਾ ਭੂਦਨ ਵਾਲਾ, ਅਤੇ ਵੱਡੀਆਂ ਗੱਲਾਂ ਨੇ, ਅਤੇ ਕਹਾਣੀ ਪੂਰੀ ਫਿੱਟ ਆ। ਅਤੇ ਨਾਲ ਪਰਲੇ ਪਾਸੇ ਚੱਲਿਆ ਜਿਹੜਾ ਫੁੱਲਾਂ ਵਾਲਾ ਮਾਸਟਰ ਮਹਿੰਦਰ ਸਿੰਘ ਜੀ ਟਹਾਣਾ, ਹੁਣੇ 8.5 ਲੱਖ ਦਾ ਲਿਆ ਜਿਹੜਾ ਮੂਹਰੇ ਕਾਲੇ ਪੱਗ ਵਾਲਾ ਜਾਏਦਾ। ਬਾਈ ਰਣਵੀਰ ਹੋਣੀ, ਬਾਈ ਨਿੱਕੂ ਹੋਣੀ, ਮਾਸਟਰ ਦਾ ਅਤੇ ਮਾਨ ਚੱਲਿਆ ਵਾ, ਨਾਲ ਇੰਦੂ ਮੇਘਵਾਲੀਆ ਚੱਲਿਆ ਵਾ, ਅਤੇ ਨਾਲ ਹੀ ਇਹਦੇ ਪਿਛਲੇ ਪਾਸੇ ਬੈਲ ਚੱਲਿਆ ਵਾ ਜਿੱਥੇ ਵੱਡੇ ਸਤਿਕਾਰ ਦੀਆਂ ਗੱਲਾਂ। ਹਾਂ ਵੀ ਪੰਮ ਅਜਾਗਰ ਸਿੰਘ ਜੀ ਸਗਦੌਲਤ ਕਨੇਡਾ 'ਚ ਬੈਠੇ ਨਜ਼ਾਰਾ, USA ਇੱਦੂ ਘੱਟ ਤੂੰ ਵੀ ਨਹੀਂ ਪੰਮ ਗੱਲ ਕਰਦਾ, ਅਤੇ ਬਹੁਤ ਧੰਨਵਾਦ। ਸੁਣੀ ਚੱਲ ਲੋਕਾਂ ਦੀ ਹਾਜ਼ਰੀ ਲਵਾ ਦਈਏ, ਬੀਬੀਆਂ ਭੈਣਾਂ ਦੀ ਹਾਜ਼ਰੀ ਲਵਾ ਦਈਏ। ਅਤੇ ਤੀਜੀ ਸ਼ਿਫਟ 'ਤੇ ਫਿਰ ਜਿੰਮੀ ਢੈਪੀ ਵੱਲੋਂ ਕੱਪ ਆ ਗਿਆ, ਅਤੇ ਅੱਜ ਪੂਰਾ ਕਹਾਣਾ ਭੱਲਿਆ ਹੋਇਆ ਵਾ। ਅਤੇ ਦੇਖਦੇ ਹਾਂ ਵੀ ਕੱਲ੍ਹ ਕਿੱਥੇ ਆ। ਅਤੇ ਆ ਗਏ ਬਾਈ ਗੁਰਦੀਪ ਹੋਣੀ ਦੁਆਬੇ 'ਚ, ਮਿੱਤਰੋ ਜਲੰਧਰ ਦੇ ਲਾਗੇ ਮੀਰਪੁਰ, ਉੱਥੋਂ ਦੇ ਗੱਭਰੂ ਆਏ ਇਹ, ਅਤੇ ਅੱਜ ਕਹਾਣੀ ਪਟੂਆ ਮੇਲੇ 'ਚ ਅੱਜ ਆਏ ਹੋਏ, ਉਰਲੇ ਨੂੰ ਤਾਂ ਨਮਾ ਨਮੂ ਲੈਂਦੇ। ਵਾਹ ਗੁਰਦੀਪ, ਸਾਊ ਬੰਦੇ ਆ ਵੀਰੋ, ਅਤੇ ਪਰਮਾਤਮਾ ਦੀ ਕਿਰਪਾ, ਕਿਉਂਕਿ ਅੱਜ ਮੇਲਾ ਵੱਖਰਾ ਨਜ਼ਾਰਾ ਵੱਜਿਆ ਹੋਇਆ ਵਾ। ਹਾਂ ਵੀ ਪੰਮ ਕੀ ਹੋ ਗਿਆ, ਅੱਛਾ ਕੀ ਕੀਦਾ ਵਾ, ਅੱਛਾ ਅੱਛਾ ਬਾਈ ਜੀ ਹੈਗਾ ਕੋਈ, ਸੁਣ ਲਾ ਸੁਣ ਲਾ, ਇੱਥੋਂ ਇੱਥੋਂ ਸੁਣ, ਵਧਾ ਦੇ ਆਵਾਜ਼। ਹੈਲੋ, ਹਾਂਜੀ ਹਾਂਜੀ, ਕੌਣ ਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਜੀ, ਅਮਨ, ਬਹੁਤ ਧੰਨਵਾਦ ਬਾਈ ਅਮਨ ਕਨੇਡਾ ਤੋਂ ਆਲਮਗੀਰ, ਸੁਣ ਲਾ ਹਮ ਸੁਣ ਲਿਆ ਕਰ, ਬਹੁਤ ਧੰਨਵਾਦ ਬਾਈ ਜੀ, ਥੈਂਕ ਯੂ ਬਾਈ ਜੀ। ਪੂਰੀ ਦੁਨੀਆ ਵੀਰੋ ਅੱਜ ਲਾਈਵ ਟੈਲੀਕਾਸਟ ਦਾ ਨਜ਼ਾਰਾ ਤੱਕਦੀ ਆ, ਅਤੇ ਤੁਹਾਡਾ ਵੀਰ ਵੀਰੋ ਸੇਵਾ 'ਚ ਹਾਜ਼ਰ ਆ, ਅਤੇ ਦੇਖਦੇ ਹਾਂ ਵੀ ਕਹਾਣੀ ਕਿੱਥੇ ਜੁੜਦੀ ਆ। ਅਤੇ ਗੱਲ ਲਿਆਓ ਲਿਆਓ, ਹਰਿਆਣੇ ਵਾਲਿਓ ਮਾਰੋ ਹਿੰਮਤ, ਕਿਹੜਾ ਅੱਗੇ ਤੁਹਾਡੇ ਨਾਲ 36 ਦਾ ਅੰਕੜਾ ਚੱਲਦਾ ਸਾਡਾ, ਮਾਰੋ ਮਾਰੋ ਹਿੰਮਤ, ਕਿਹੜਾ ਨਿਰਮਲ ਸਿੰਘ ਗੁਰੂ ਸਰ ਕੌਂਕੇ ਵਾਲੇ,
ਤੋਂ ਗੱਲ ਕਰ ਰਿਹਾ। ਹਾਂਜੀ ਬਾਜੀ ਨਾ ਨਾ ਕੋਈ ਨਾ ਜੀ ਕਰਦੇ ਆ ਕਰਦੇ ਆ ਸੈੱਟ ਥੋੜਾ ਜਿਹਾ ਦਰਖਤਾਂ ਦਰੁਖਤਾਂ ਦਾ। ਕਿਹੜੇ ਪਿੰਡ ਬੋਲਦੇ ਹੋ? ਅੱਛਾ ਜੀ ਥੋੜ੍ਹਾ ਜਿਹਾ ਕਰੋ ਆਵਾਜ਼ ਸੈੱਟ ਕਿਉਂਕਿ ਅੱਜ ਜਿਹੜੀ ਦੁਨੀਆ ਖੁਸ਼ ਆ ਅਤੇ ਵੀਰੋ ਸਮੇਂ ਦੀਆਂ ਗੱਲਾਂ ਨੇ। ਬਿੰਦਰੀ ਵੀਰ ਬਿੰਦਰੀ ਹਾਂਜੀ ਸੁਣ ਲਿਆ ਕਰ ਪੰਮ ਬਾਹਰੋਂ ਇਟਲੀ ਚੋਂ। ਹਾਂਜੀ ਬਾਈ ਜੀ ਹਾਂਜੀ ਹਾਂਜੀ ਕੌਣ ਜੀ? ਬਹੁਤ ਧੰਨਵਾਦ ਭਾਈ ਆ ਮਨੀ ਬਗਲੀ ਵਾਲੇ ਦਾ। ਕੁਝ ਭੇਜਣਾ ਵਾ ਸੁੱਖੇ ਨੂੰ? ਕਰਿਓ ਮਨੀ ਬਗਲੀ ਨਾਲ ਗੱਲ ਕਰ ਲਾ, ਕੀ ਪਤਾ ਕੀ ਲਾ ਦੇਵੇ ਇਟਲੀ 'ਚ ਗਿਆ ਹੋਇਆ। ਬਹੁਤ ਧੰਨਵਾਦ, ਇੱਧਰ ਮਨੀ ਨਾਰਵੇ ਵਾਲਾ ਉੱਧਰ ਬਗਲੀ ਵਾਲਾ ਵਾ, ਸੁਣ ਲਾ ਕੇ ਬਹੁਤ ਧੰਨਵਾਦ ਅਤੇ ਦੇਖਦੇ ਹਾਂ। ਲੈ ਚਲੋ ਬਾਈ ਜੀ ਆ ਗਏ ਇਹ ਗੋਪੀ ਹੋਣੀ ਆ ਮਿੱਤਰੋ ਫਲੌਰ ਦੇ ਨਾਲ ਪਿੰਡ ਰੁੜਕਾ ਵੀਰ ਕਾਲੇ ਹੋਣੀ ਚੱਲੇ ਆ। ਆ ਚੱਲਿਆ ਗੁਰਵਿੰਦਰ ਸਿੰਘ ਵਾਲਾ, ਦੇਖਦੇ ਹਾਂ। ਆ ਗਿਆ ਮਿੱਤਰੋ ਆ ਗਿਆ ਅੱਤਵਾਦੀ, ਅੱਤਵਾਦੀ ਆ ਗਿਆ ਅੱਤਵਾਦੀ ਮਿੱਤਰੋ ਸੁੱਖੀ ਜੰਡਾਲੀ ਦਾ। ਆ ਚੱਲਿਆ ਨੀਲੀ ਪੱਟੀ ਵਾਲਾ, ਦੇਖਿਓ ਫਿਰ ਇਹਦੀ ਕਰਾਮਾਤ ਵੀ ਕੀ ਗੱਲ ਬਣਨੀ ਆ ਅਤੇ ਵੱਡੀਆਂ ਗੱਲਾਂ ਹੋਣੀਆਂ ਅਤੇ ਟੇਕਿਆ ਮੱਤਾ ਅਤੇ ਨਾਲ ਹੀ ਬੈਕ ਜਾਂਦਾ ਇਹ ਜਿੱਥੇ ਵੱਡਾ ਸਤਿਕਾਰ ਆ ਮਿੱਤਰੋ ਰੂਪੋ ਵਾਲੀ ਆ ਚੱਲੇ ਆ ਅਤੇ ਉੱਧਰੋਂ ਤਿੜਕੂ ਫਿਰ ਚੱਲਿਆ ਵਾ ਕਲਵੀਰ ਮਾਣਕ ਵਾਲਾ ਅਤੇ ਆ ਗਿਆ ਬੋਬੀ 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 ਸੁੱਖੀ ਕਿੱਥੇ ਆ? ਬਹੁਤ ਧੰਨਵਾਦ ਸੁੱਖੀ ਜੰਡਾਲੀ ਮਿੱਤਰੋ ਆ ਗਈਆਂ ਉੱਧਰ ਹੀਟਾਂ ਵੀ ਅਤੇ ਦੇਖਣ ਵਾਲਾ ਰੰਗ ਹੋਊਗਾ ਨੀਲੀ ਪੱਟੀ 'ਚ ਜਾਂਦਾ। ਲੋਕਾਂ ਨੇ ਨਾਂ ਦਿੱਤਾ ਇਹਨੂੰ ਅੱਤਵਾਦੀ ਅਤੇ ਦੇਖਦੇ ਹਾਂ ਵੀ ਕਹਾਣੀ ਕੀ ਕਰਦਾ ਅੱਜ ਰੰਗ ਇਸ ਖੇਡ ਦਾ ਰੰਗ ਬਦਲਿਆ ਹੋਇਆ ਅਤੇ ਅੱਜ ਕੀ ਕਹਿੰਦਾ ਕੁਛ ਭੇਜਣਾ? 3000 ਰੁਪਈਆ ਕਿਹਦੇ ਕੋਲ ਆ? ਅੱਛਾ ਬਿੰਦਰੀ ਵਿਛੌੜੀ ਨੇ ਨਹੀਂ ਲਾਉਣਾ ਹੁਣ। ਹਾਂਜੀ ਉਹ ਚਲਾਓ ਵਜੇ ਚਲਾਓ ਚਲਾਓ ਬਾਈ ਜੀ ਚਲਾਓ ਕਿਹੜਾ ਲਿਸਟ ਲਿਆ ਲਿਆ ਲਿਆ। ਬਹੁਤ ਧੰਨਵਾਦ, ਬਹੁਤ ਧੰਨਵਾਦ ਵੀਰੋ ਦਾਨੀ ਵੀਰਾਂ ਦਾ। ਸਭ ਹੀ USA ਇਹ ਜਲੰਧਰ ਦੇ ਲਾਗੇ ਸਾਬੀ USA ਵੱਡਾ ਸਹਿਯੋਗ ਆ ਸਾਬੀ ਦਾ ਵੀਰੋ, ਦਿਲਦਾਰ ਬੰਦਾ ਵਾ ਧਰੂ ਦੌਦਰ ਦਾ ਵੱਡਾ ਸਹਿਯੋਗ ਆ। ਆ ਗਿਆ ਸੁੱਖੀ, ਸੁੱਖੀ ਆ ਗਿਆ ਜੰਡਾਲੀ ਵਾਲਾ ਮਿੱਤਰੋ ਜਿਹਨੇ ਕਾਰ ਵੀ ਜਿੱਤੀ ਹੋਈ ਆ। ਫੇਰ ਆ ਗਈਆਂ ਹਿੱਟਾਂ, ਆ ਜਾਂਦਾ ਮੁੰਦਰਾਲਾ ਇਹਨੂੰ ਕਹਿੰਦੇ ਆ ਖਾੜਕੂ ਅਤੇ ਪਿੱਛੇ ਸੁੱਖੀ ਸਾਰਾ ਹਰਿਆਣਾ ਲਾਈ ਜਾਂਦਾ ਚੱਕ ਕੇ ਨਾ ਲੈ ਜਾਣ। ਵਾਹ ਹਰਿਆਣੇ ਵਾਲਿਓ ਬਹੁਤ ਧੰਨਵਾਦ ਅਤੇ ਪਰਮਾਤਮਾ ਦੀ ਕਿਰਪਾ। ਹਿੰਦਾ ਬਨਵਾਉਰਾ ਮੀਤਾ ਬਿਲਗਾ ਸੋਨੀ ਲੋਪੋ ਜੱਸਾ ਲੋਪੋ ਸੋਨੀ ਲੋਪੋ ਜਿੰਦਾ ਇਹਨਾਂ ਵੱਲੋਂ ਵੱਡਾ ਸਤਿਕਾਰ ਆ। ਪੱਪੂ ਜਗਤਪੁਰ ਰਾਜੂ ਨੰਗਰ ਸਰਾਇਆ ਗੋਗੀ ਹਰੀਪੁਰ ਸਰਪੰਚ ਸਾਹਿਬ ਕੇ ਸਰਦਾਰ ਕੇਸਰ ਸਿੰਘ ਜੀ ਨਾਗਰਾ ਸੋਨੀ ਗਿੱਲ ਨਾਗਰਾ ਵੱਡੇ ਸਹਿਯੋਗ ਆ ਇਹਨਾਂ ਵੱਲੋਂ ਮਨਜੀਤ ਸਿੰਘ ਜੀ ਸਰਪੰਚ ਇਹਨਾਂ ਵੱਲੋਂ ਵੱਡੇ ਸਹਿਯੋਗ ਨੇ ਅਤੇ ਦੇਖਦੇ ਹਾਂ ਵੀ ਗੱਲ ਕਿੱਥੇ ਜੁੜਦੀ ਆ। ਅੱਜ ਇਹ ਮੇਲਾ ਸਿਖਰ 'ਤੇ ਪਹੁੰਚਿਆ ਹੋਇਆ ਹੁਣ ਅਤੇ ਪਰਮਾਤਮਾ ਦੀ ਕਿਰਪਾ ਅੱਜ ਵੱਡੀਆਂ ਗੱਲਾਂ ਨੇ। ਕਹਿੰਦਾ ਗਮ ਨਾ ਕਰੇ ਬੰਦਿਆ ਤਕਦੀਰ ਬਦਲਦੀ ਰਹਿੰਦੀ ਆ, ਸ਼ੀਸ਼ਾ ਸ਼ੀਸ਼ਾ ਹੀ ਰਹਿੰਦਾ ਬਸ ਤਸਵੀਰ ਬਦਲਦੀ ਰਹਿੰਦੀ ਆ। ਮਿੱਤਰੋ ਤਸਵੀਰ ਬਦਲ ਗਈ ਖੇਡਦੀ। ਜਗਦੀਪ ਪ੍ਰਧਾਨ ਕੱਲੋ 700 ਰੁਪਈਆ, 500 ਪਹਿਲਾਂ ਹੋਇਆ 200 ਹੋਣਾ। ਬਹੁਤ ਧੰਨਵਾਦ ਕੋਟ ਗੰਗੂ ਰਾਏ ਵਾਲੇ। ਸੋ ਮਿੱਤਰੋ ਸੀਸਾ ਉਹੀ ਰਹਿੰਦਾ ਪਰ ਤਕਦੀਰ ਅਤੇ ਤਸਵੀਰ ਬਦਲਦੀ ਰਹਿੰਦੀ ਆ ਅਤੇ ਅੱਜ ਦੇਖਦੇ ਹਾਂ ਵੀ ਖੇਡ ਦਾ ਕੀ ਰੰਗ ਬਣਿਆ ਹੋਇਆ ਵਾ ਅਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਇਹ ਮੇਲਾ ਆਪਣੇ ਰੰਗ ਦੇ। ਹਾਂਜੀ 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 ਉਹ ਭਾਈ ਲੈ ਫਾਲੇ ਅੱਜ ਯਾਰ ਬਹੁਤ ਪੰਗਾ ਪਿਆ ਹੋਇਆ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਧਨੋਆ ਸਾਹਿਬ ਬੀਪੁਰ ਸਾਹਿਬ ਰੌਂਗ ਰਾਹ ਹੀ ਚੜ ਗਏ, ਪੁਲਿਸ ਤਾਂ ਸਿੱਧੇ ਰਾਹ ਜਾਂਦੀ ਹੁੰਦੀ ਆ। ਅੱਛਾ ਅੱਛਾ ਕੋਈ ਨਾ ਕੋਈ ਨਾ, ਬਹੁਤ ਧੰਨਵਾਦ ਪਰਮਾਤਮਾ ਨੇ ਵੱਡਾ ਅਹੁਦਾ ਦਿੱਤਾ ਵੀਰੋ। ਸਬ ਇੰਸਪੈਕਟਰ ਬਣ ਗਏ ਨੇ ਰਣਤੀਜ ਸਿੰਘ ਜੀ ਬੀਪੁਰ ਸਾਹਿਬ ਅਤੇ ਮੁਨਸ਼ੀ ਇਹਦੀ ਫੋਟੋ ਕਰਦੇ ਇੱਕ, ਜੇ ਕੋਈ ਵਿਆਹ ਹੋ ਜਾਵੇ ਇਹਦਾ ਕਰਾ ਦੇ ਪੰਮ ਤੂੰ ਨਾਲ ਖੜ ਜਾ, ਵਿਚੋਲਾ ਵੀ ਬਣਨਾ ਪਊਗਾ, ਕਰਾ ਲਓ ਭਾਣ ਜੇ ਨਾ ਕਰਾ ਉੱਧਰ ਤੈਨੂੰ ਕਨੇਡਾ ਲਿਜਾਊ ਇਹ। ਸੋ ਬਹੁਤ ਧੰਨਵਾਦ ਅਤੇ ਗੁਰਪ੍ਰੀਤ ਲਾਡ ਸੋ ਪਰਮਾਤਮਾ ਦੀ ਗੱਲਾਂ ਅਤੇ ਗਏ ਹੋਇਆ DC ਹੋਣੀ ਮਿੱਤਰੋ ਉੱਧਰ ਤਿੰਨਾਂ ਬੰਦਿਆਂ ਦੀ ਡਿਊਟੀ ਸੀਗੀ, ਦੋਸਤੀ ਸੀ, ਇੱਕ DC ਸੀ, ਇੱਕ ਥਾਣੇਦਾਰ ਅਤੇ ਇੱਕ ਮਾਸਟਰ। ਚਲੋ ਗੱਲਾਂ ਬਾਤਾਂ ਚੱਲ ਪਈਆਂ,
ਡੀ ਸੀ ਕਹਿੰਦਾ ਬਈ ਮੈਂ ਜ਼ਿਲ੍ਹੇ ਦਾ ਮਾਲਕ ਹੁੰਦਾ ਕੁਝ ਵੀ ਕਰ ਲਈਏ। ਥਾਣੇਦਾਰ ਕਹਿੰਦਾ ਕਹਿੰਦਾ ਜਿਹਨੂੰ ਮਰਜ਼ੀ ਦੋ ਡੰਡੇ ਲਾ ਕੇ ਅੰਦਰ ਕਰ ਦਈਏ। ਮਾਸਟਰ ਨੂੰ ਕਹਿੰਦੇ ਤੇਰੇ ਕੋਲ ਵੀ ਕੁਛ ਹੈਗਾ? ਕਹਿੰਦਾ ਮੇਰੇ ਕੋਲ ਤਾਂ ਸਭ ਕੁਛ ਆ। ਕਹਿੰਦੇ ਕੀ ਆ? ਕਹਿੰਦਾ ਬਸ ਛਿੱਤਰ ਛੁੱਤਰ ਮਾਰ ਕੇ ਪੜ੍ਹਾ ਦੇਈਦਾ, ਅੱਗੇ ਕੋਈ ਡੀ ਸੀ ਬਣ ਜਾਵੇ ਚਾਹੇ ਥਾਣੇਦਾਰ ਬਣ ਜਾਵੇ। ਸੋ ਮਿੱਤਰੋ ਅੱਜ ਦੇਖਦੇ ਹਾਂ ਵੀ ਕੌਣ ਡੀ ਸੀ ਆ ਅਤੇ ਕੌਣ ਥਾਣੇਦਾਰ ਆ। ਨਾਗਰੇ ਦਾ ਖੇਡ ਮੇਲਾ ਪੂਰਾ ਫਸਿਆ ਹੋਇਆ। ਬਾਈ ਜੀ ਹੋ ਜਾਓ ਸਾਈਡ 'ਤੇ, ਕਿਹੜਾ ਵੱਡੇ ਰੰਗ ਵੱਜੇ ਹੋਏ ਆ। ਅਤੇ ਉੱਧਰੋਂ ਰਣਜੀਤ ਸਿੰਘ ਜੀ ਸੋਤਾ ਘੁੱਲਾ ਬਾੜੀਆਂ, ਬਿੰਦਰੀ ਸੋਨੀ ਵੱਲ ਵਿਛੌੜੀ ਸੁੱਖਾ ਨਾਗਰਾ, ਗੋਲੂ ਜੋਧਾ ਧਰੂ ਦੌਧਰ, ਅਤੇ ਨਾਲ ਹੀ ਨਾਗਰੇ ਵਾਲੇ ਜਿੱਥੇ ਦੀਪ ਦੀ ਗੱਲ ਆ ਅਤੇ ਹਜੇ ਪੂਰੇ ਸਿੰਘ ਫਸੇ ਹੋਏ ਆ। ਲਓ ਜੀ ਤਿਆਰੀ ਆ ਵੀਰੋ, ਤਿਆਰੀ ਹੋ ਗਈ ਆ। ਦੇਖਦੇ ਹਾਂ ਬਈ ਜੱਗੀ ਆਸੀ ਕਲਾਂ ਅਤੇ ਗੁਰਮੁਖ ਮਾਣੂਕੇ ਵਾਲੇ ਦੇ ਟਰੈਕਟਰ ਬੁੱਕਦਾ ਫਿਰਦਾ ਮਿੱਤਰੋ, ਫੋੜ ਹਜੇ ਦੁੱਗ ਦੁੱਗ ਕਰਦਾ ਫਿਰਦਾ ਵਾ, ਅਤੇ ਪੂਰੀ ਕਹਾਣੀ ਦੇ ਵਿੱਚ ਰੰਗ ਵੱਜਿਆ ਹੋਇਆ ਵਾ। ਅਤੇ ਉੱਧਰੋਂ ਪੰਮ ਹੁਣੀ ਜੁਟੇ ਹੋਏ ਆ, ਅਤੇ ਦੇਖਦੇ ਹਾਂ ਵੀ ਕਿੱਥੇ ਗੱਲ ਆ। 25 ਸੈਕਿੰਡ 28 ਪੁਆਇੰਟ ਦਾ ਲੱਗਿਆ ਹੋਇਆ ਸਮਾਂ, ਅਤੇ ਲਿਖ ਲਾ ਪੰਮ ਸੁਣ ਲਿਆ ਕਰ ਫੋਨ। ਬਸ ਠੀਕ ਆ, ਲੋਕਾਂ ਦੀ ਹਾਜ਼ਰੀ ਲਵਾ ਦਈਏ, ਹਜ਼ਾਰਾਂ ਬੰਦਾ ਅੱਜ ਜੁਟਿਆ ਹੋਇਆ। ਦੇਖੀ ਦੇਖੀ ਅਤੇ ਖੇਡ ਦਾ ਵੱਡਾ ਰਿਕਾਰਡ। ਹਾਂਜੀ ਹਰਜੀਤ ਸਿੰਘ ਜੀ ਬਾੜੀਆਂ, ਬਾਈ ਜੀ ਘੁੱਲੇ ਹੋਣਾ ਦੇ ਫਾਦਰ ਭਰਾ ਨੇ, ਉਹ ਵੀ ਪਹੁੰਚ ਗਏ, ਉਹਨਾਂ ਦਾ ਵੀ ਬਹੁਤ ਧੰਨਵਾਦ। ਜਿੱਥੇ ਵੱਡੇ ਸਤਿਕਾਰ ਨੇ, ਅਤੇ ਅੱਜ ਦੇਖਦੇ ਹਾਂ ਵੀ ਰੰਗ ਕਿੱਥੇ ਜੁੜਦਾ ਵਾ ਇਸ ਖੇਡ ਦਾ। ਬਹੁਤ ਧੰਨਵਾਦ ਬਾਈ ਜੀ, ਹੋ ਜਾਓ ਸਾਈਡ 'ਤੇ ਅਤੇ ਪਿਆਰ ਕਰਦੇ ਹੋ। ਲੋਕ ਲੰਗਰ ਛਕਦੇ ਹੋ, ਆਵਾਜ਼ਾਂ ਮਾਰਤੀਆਂ, ਪਰ ਅੱਜ ਕਹਿੰਦੇ ਪਿਆਰ ਨਾਲ ਭੁੱਖ ਲਈ ਹੋਈ ਆ। ਕੋਈ ਬੰਦਾ ਜਿੱਥੇ ਬਹਿ ਗਿਆ ਉੱਠ ਨਹੀਂ ਰਿਹਾ, ਅਤੇ ਇਹ ਖੇਡ ਮੇਲਾ ਰਿਕਾਰਡ ਵੀਰੋ, ਰਿਕਾਰਡ ਆ ਅੱਜ ਇਕੱਠ ਦਾ। ਕਾਰਾਂ ਹੀ ਕਾਰਾਂ, ਬੰਦੇ ਹੀ ਬੰਦੇ, ਰੰਗ ਬਰੰਗੀਆਂ ਪੱਗਾਂ, ਅਤੇ ਲੋਕ ਸੋਹਣੇ ਬਣ ਕੇ ਇਸ ਖੇਡ ਲਈ ਪਹੁੰਚੇ ਆ। ਅਤੇ ਦੇਖਦੇ ਹਾਂ ਵੀ ਕੌਣ ਅੱਜ ਫੋੜ ਦੀ ਸੀਟ 'ਤੇ ਬਹਿੰਦਾ। ਹਜੇ ਜੱਗੀ ਆਸੀ ਕਲਾਂ ਅਤੇ ਗੁਰਮੁਖ ਮਾਣੂਕਿਆਂ ਵਾਲਾ ਮਿੱਤਰੋ, ਕਿੱਧਰ ਹੋ ਗਿਆ ਪੰਮ, ਕਿੱਥੋਂ ਆ ਗਿਆ? ਪਟਿਆਲੇ ਤੋਂ। ਬਹੁਤ ਧੰਨਵਾਦ ਮਿੱਤਰੋ, ਦੁਨੀਆ ਖੁਸ਼ ਆ ਅੱਜ ਇਹ ਮੇਲਾ। ਲਓ ਜੀ ਤਿਆਰੀ ਆ, ਦੇਖਦੇ ਹਾਂ ਮਿੱਤਰੋ ਫੋੜ ਨੂੰ ਕੌਣ ਟਰੱਕ 'ਤੇ ਹੱਥ ਪਾਉਂਦਾ ਵਾ। ਹਜੇ ਜੱਗੀ ਆਸੀ ਕਲਾਂ ਅਤੇ ਗੁਰਮੁਖ ਮਾਣੂਕੇ ਵਾਲਾ ਬੈਠੇ ਆ ਸੀਟ 'ਤੇ, ਅਤੇ ਦੇਖਦੇ ਹਾਂ ਕਹਾਣੀ ਹਜੇ ਵਿੱਚ ਆ। ਆਥਣੇ ਨਹੀਂ ਮੇਰੀ ਇਹ ਸਾਥਣੇ ਨਹੀਂ ਕੋਈ ਆਪਣਾ ਰੰਗ ਟਕਾਦਾ, ਅਤੇ ਹਜੇ ਸੂਰਜ ਢਾਲਣਾ ਵਾ ਅਤੇ ਖੇਡ ਹਜੇ ਵੱਖਰੀ ਆ। ਅਤੇ ਉੱਧਰੋਂ ਟਮੋਟੋ ਵੀ ਇੱਧਰ ਬੱਚੇ ਵਾਲੇ ਆਉਣ ਲੱਗ ਗਏ ਆ। ਜਦੋਂ ਪਤਾ ਲੱਗਿਆ ਵੀ ਬਾਟ 24 ਕੁ ਦਾ ਸਮਾਂ ਲੱਗਦਾ, ਅਤੇ ਲੋਕਾਂ ਨੇ ਵੀ ਹੀਰਾਂ ਕੱਤ ਲਈਆਂ ਬਈ ਬਾਈ ਜੀ ਪਹੁੰਚਣ ਵਾਲੇ ਹਾਂ ਅਸੀਂ ਬੱਚੇ ਲੈ ਕੇ ਉੱਧਰੋਂ, ਕਿਉਂਕਿ ਖੇਡਾਂ ਅੱਜ 3 ਹੋ ਗਈਆਂ। ਅਤੇ ਉੱਧਰੋਂ ਦੇਖਦੇ ਹਾਂ ਵੀ ਕਹਾਣੀ, ਪੰਜਾਬੀ ਵੀ ਢੋਲ ਵਾਲੇ ਭੰਗੜਾ ਪਾਉਣ ਨੂੰ ਤਿਆਰ ਬੈਠੇ ਆ, ਵੀ ਦਮ ਲੈ ਲਿਆ ਅਤੇ ਹਜੇ ਪਰਮਾਤਮਾ ਦੀ ਕਿਰਪਾ। ਕਹਿੰਦੇ ਮਾੜੀ ਸੋਚ ਅਤੇ ਪੈਰ ਦੀ ਮੋਚ ਬੰਦੇ ਨੂੰ ਸਿੱਟ ਲੈਂਦੀ ਆ, ਝੂਠ ਅਤੇ ਝੂਠ ਜਵਾਈ ਜੁੱਤੀ ਤੰਗ ਅਤੇ ਜਵਾਈ ਨੰਗ ਬੰਦੇ ਨੂੰ ਸਿੱਟ ਲੈਂਦੇ ਆ। ਅਤੇ ਪਰਮਾਤਮਾ ਦੀ ਕਿਰਪਾ ਵੀਰੋ, ਅੱਜ ਖੇਡ ਦਾ ਸਿਖਰ ਹੋਇਆ ਹੋਇਆ ਵਾ। ਦੇਖਦੇ ਹਾਂ ਗੱਲ ਕਿੱਥੇ ਬਣਦੀ ਆ, ਅਤੇ ਅੱਜ ਇਹ ਖੇਡ ਪੂਰੇ ਰੰਗਾਂ ਦੇ ਵਿੱਚ ਆ। ਪੰਜਾਬ ਦੇ ਵਿੱਚ ਪਹਿਲੀ ਵਾਰੀ ਕਿਤੇ ਟਰੈਕਟਰ ਦਿੱਤਾ ਜਾਣਾ, ਅਤੇ ਉਹ ਅੱਜ ਨਾਗਰੇ ਪਿੰਡ ਦੇ ਵਿੱਚ ਆ, ਵੱਡਾ ਸਤਿਕਾਰ ਆ। 5 ਮਾਰਚ 2019 ਦਾ ਇਹ ਦਿਨ ਆਪਣੇ ਸਿਖਰ ਵੱਲ ਵਧਿਆ ਹੋਇਆ, ਅਤੇ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਸ ਖੇਡ ਨੂੰ ਵੱਡਾ ਰੰਗ ਦਿੱਤਾ। ਆ ਗਈ ਬਈ ਗੁਰਵਿੰਦਰ ਸਿੰਘ ਸੀ, ਬਾਈ ਜੀ ਤੁਸੀਂ ਮੇਰੇ ਤੋਂ ਪਰੇ ਹੋ ਜਾਓ, ਹਿਲਾਉਂਗੇ ਅਪ 26 ਸੈਕਿੰਡ 13 ਪੁਆਇੰਟ ਆ ਜੀ, 26-13। ਅੰਦਰਲੇ ਪਾਸੇ ਗੁਰਵਿੰਦਰ ਸਿੰਘ ਜੀ ਸੇ, ਉੱਪਰਲੇ ਪਾਸੇ ਸੁੱਖੀ ਜੰਡਾਲੀ ਦਾ ਅੱਤਵਾਦੀ ਭੱਜਿਆ ਵਾ। ਦੇਖਦੇ ਹਾਂ ਵੀ ਨਜ਼ਾਰਾ ਕਿੱਥੇ ਵੱਜਦਾ ਵਾ। ਅਤੇ ਸੁੱਖੇ ਨਾਗਰੇ ਦਾ ਵਿਸ਼ੇਸ਼ ਸਨਮਾਨ 1000 ਰੁਪਈਏ ਦਾ ਕਿਹਦੇ ਵੱਲੋਂ? ਵਰਿੰਦਰ ਸਿੰਘ ਜੀ, ਹਾਂਜੀ ਪਾਲੀਆ ਡੈਰੀ ਫਾਰਮ, ਕਿਹੜੇ ਦੇਸ਼ 'ਚੋਂ? ਇਟਲੀ 'ਚ ਨੇ ਭਾਈ, ਪਾਲੀਆ ਡੈਰੀ ਫਾਰਮ ਇਟਲੀ ਵਾਲੇ। ਵਾਹ ਵੀ ਵਾਹ। ਹਾਂਜੀ ਵੀਰੇ, ਜੋੜਾ ਜੋੜਾ ਬਾਈ ਜੀ, ਮਾਓ ਗੱਭਰੂਓ, ਪਰਮਾਤਮਾ ਦਾ ਵੀਰੋ ਬਹੁਤ ਧੰਨਵਾਦ ਆ, ਅਤੇ ਇੰਨਾ ਪਿਆਰ ਦੇਣ ਦਾ ਤੁਹਾਡਾ ਪੰਜਾਬੀਆਂ ਦਾ ਬਹੁਤ ਧੰਨਵਾਦ ਆ।
ਕਿਉਂਕਿ ਪੰਜਾਬ 'ਚ ਪਿਛਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਵੱਡੀਆਂ ਖੇਡਾਂ ਹੋਈਆਂ ਨੇ ਮੈਨੂੰ ਵੱਡਾ ਮਾਣ ਦਿੱਤਾ ਵੀਰੋ ਤੁਸੀਂ ਆਪਣਾ ਭਰਾ ਬਣਾ ਕੇ ਉਸ ਅਕਾਲ ਪੁਰਖ ਦਾ ਬਹੁਤ ਧੰਨਵਾਦ ਆ ਕਿੱਥੇ ਬਾਈ ਬਾਈ ਮੋਟਰਸਾਈਕਲ ਪਹਿਲੇ 3 ਬੋਲਟ ਝੋਟੀ ਕਿੱਥੇ ਨਜ਼ਾਰੇ 24 22ਵੀਂ ਗੱਡੀ ਨੂੰ ਮੋਟਰਸਾਈਕਲ ਇਹ ਗੱਲਾਂ ਬਹਿਲਪੁਰ ਦੀਆਂ ਅਤੇ ਅੱਜ ਗੱਲ ਨਾਗਰੇ ਦੀ ਚੱਲਦੀ ਆ ਕਿਤੇ ਗੱਲ ਕਿੱਥੋਂ ਦੀ ਅਤੇ ਕਦੇ ਗੱਲ ਵਿਛੌੜੀ ਦੀ ਚੱਲਦੀ ਆ ਜਿੱਥੇ 1.5 ਲੱਖ ਰੁਪਈਆ 10 ਮੋਟਰਸਾਈਕਲ ਸੀ ਪਿਛਲੇ ਸਾਲ 1.5 ਲੱਖ ਰੁਪਈਆ ਸ਼ਿਪ 'ਤੇ ਲੱਗ ਗਿਆ ਸੀ ਜਿਵੇਂ ਜੱਫੇ 'ਤੇ ਲੱਗਦਾ ਨਾ ਬਈ ਜੇ ਲੂਧਰ ਨੂੰ ਕੋਈ 2 ਦਫੇ ਲਾ ਦੂੰ ਤਾਂ 1.5 ਲੱਖ ਆ ਅਤੇ ਉੱਥੇ ਵੀ ਸਮਾਂ ਤੋੜਨ 'ਤੇ ਗੱਲ ਸੀ ਵੀ ਜੇ ਕੋਈ ਸਮਾਂ ਤੋੜ ਗਿਆ ਬੱਲਾਂ ਦਾ ਪਰਿਵਾਰ ਸੋਨੀ ਵੱਲ ਵਿਛੌੜੀ ਬਿੰਦਰੀ ਵਿਛੌੜੀ ਦੇ ਪਿੰਡ ਮਿੱਤਰਾਂ ਦੋਸਤਾਂ ਵੱਲੋਂ ਕਰਾਇਆ ਗਿਆ ਸੀ ਮੇਲਾ 10 ਮੋਟਰਸਾਈਕਲ ਸੀ 1.5 ਲੱਖ ਰੁਪਈਆ ਸ਼ਿਪ 'ਤੇ ਲੱਗਿਆ ਸੀ ਵੱਖਰਾ ਨਜ਼ਾਰਾ ਸੀ ਅਤੇ ਅੱਜ ਫਿਰ ਚੱਲਦਾ ਨਾਗਰੇ ਦਾ ਖੇਡ ਮੇਲਾ ਵੱਖਰੀਆਂ ਨਿਸ਼ਾਨਾ ਆ ਗਈ ਬਈ ਅਪ 27 ਸੈਕਿੰਡ 31 ਪੁਆਇੰਟ 27-31 ਨਰਿੰਦਰ ਸਿੰਘ ਜੀ ਜਟਾਣਾ ਕੁਲਵੰਤ ਸਿੰਘ ਜੀ ਕੋਟ ਕੰਗੂਰਾ ਰੂਸੀ ਖਹਿਰਾ ਗੋਲੂ ਦੇ ਫਰੈਂਡ ਨੇ ਗੋਲੂ ਗੁੱਸੇ ਹੋ ਜੂ ਮੈਨੂੰ ਨਾਂ ਦੱਸ ਪੂਰਾ ਰੂਸੀ ਬੁੜੀਆ ਫਿਰ ਬੁੜੀਆਂ ਦਾ ਨਾਂ ਤਾਂ ਹੋਊਗਾ ਪੰਮ ਕਿਉਂ ਜਗਦਾ ਹੁੰਦਾ ਯਾਰ ਗੋਲੂ ਦੇ ਫਰੈਂਡ ਨੇ ਰੂਸੀ ਇਹ ਕੋਈ ਗੋਰੀ ਫਰੈਂਡ ਹੋਊ ਕਿਉਂਕਿ ਵੀਰੋ ਉੱਧਰ ਕੰਮ ਕਿਉਂਕਿ ਪਿਆਰ ਮੁਹੱਬਤ ਦੀਆਂ ਗੱਲਾਂ ਨੇ ਸਾਰਾ ਕੁਛ ਕਾਰੋਬਾਰ ਰੂਸੀ ਗੋਲੂ ਦੇ ਫਰੈਂਡਾਂ ਨੇ ਰੂਸੀ ਉਹਦੇ ਭਾਣਜੇ ਨਾਲ ਗੱਲ ਕਰਾ ਦੇ ਮਾਮੇ ਨੂੰ ਪਤਾ ਹੁੰਦਾ ਕਈ ਕਿਉਂਕਿ ਵੀਰੋ ਇਕੱਠੇ ਕੰਮ ਕਰਦੇ ਆ ਰੂਸੀ ਇਹ ਗੋਰੀ ਆ ਫਿਰ ਕੋਈ ਭਾਈ ਰੂਸੀ ਖੈਰ ਖਹਿਰਾ ਤਾਂ ਫਿਰ ਪੰਜਾਬੀ ਆ ਗਿਆ ਵਿੱਚ 2-3 ਬੀਬੀਆਂ ਬੈਠੀਆਂ ਨੇ ਭਾਈ ਬਹੁਤ ਧੰਨਵਾਦ ਗੋਲੂ ਨਾਲ ਉੱਧਰ ਫਰੈਂਡ ਨੇ ਪੰਮ ਗੋਲੂ ਦਾ ਛੱਡ ਛੜਈਆ ਨਾ ਕਰਾ ਦੀ ਕਿਤੇ ਕੋਈ ਨਵਾਂ ਜੱਬ ਪਾ ਦਿੰਦੇ ਆ ਅੱਛਾ ਟਰੱਕ ਕੁੜੀਆਂ ਵੀ ਟਰੱਕ ਚਲਾਉਂਦੀਆਂ ਵਾਹ ਗੋਲੂ ਬਹੁਤ ਧੰਨਵਾਦ ਭਾਈ ਸਾਰੀਆਂ ਬੀਬੀਆਂ ਭੈਣਾਂ ਦਾ ਅੱਜ ਵੱਡੀ ਤਦਾਦ ਅੱਜ ਦੇਖਣ ਦਾ ਮਾਲ ਵਾਲੇ ਸਵਾਦ ਨਹੀਂ ਆਉਂਦਾ ਲੋਕਾਂ ਨੂੰ ਬਹੁਤੇ 1000 ਬੰਦਾ ਨਾਲ ਜੁੜਿਆ ਹੋਇਆ ਜਿੱਥੇ ਅੱਜ ਸਿਖਰ ਹੋਣਾ ਸੀ ਉੱਥੇ ਗੱਲ ਪਹੁੰਚੀ ਨਹੀਂ ਕਿਉਂਕਿ ਐਡੀ ਵੱਡੀ ਤਦਾਦ ਦੇ ਵਿੱਚ ਆਸਟ੍ਰੇਲੀਆ 'ਚ ਬੈਠੇ ਇੱਥੇ ਮਜਾਲੀ ਵਾਲਿਆਂ ਦੀ ਮੇਰੀ ਭੈਣ ਆ ਬਹੁਤ ਵੀ ਭਜਾਉਂਦੇ ਆ ਉਹ ਵੀ ਸਕਰੀਨ ਲਾਈ ਬੈਠੇ ਆ ਕਿਉਂਕਿ ਅੱਜ ਵੀਰੋ ਵੱਡੀਆਂ ਤਦਾਦਾਂ ਲੋਕ ਦਿਹਾੜੀਦਾਰ ਦਿਹਾੜੀ ਛੱਡ ਕੇ ਜੋਤਾ ਹੀ ਲਾਇਆ ਕਹਿੰਦੇ ਆ ਗਈ ਬਈ ਅਪ 26 ਸੈਕਿੰਡ 22 ਪੁਆਇੰਟ ਆ ਜੀ 26-22 ਪੱਪੂ ਜਗਤਪੁਰ ਡੀਸੀ ਨਾਗਰਾ ਫੌਜੀ ਨਾਗਰਾ ਜਿਹੜਾ ਉੱਪਰਲੇ ਪਾਸੇ ਭੱਜਿਆ ਅਤੇ ਕਾਲਾ ਬਿੱਲੇ ਵਾਲਾ ਭੱਜਿਆ ਵਾ ਬਹੁਤ ਧੰਨਵਾਦ ਕਾਲਾ ਬਿੱਲੇ ਵਾਲਾ ਵਾਹ ਪੰਮ ਭਾਈ ਜੀ ਭੱਜ ਕੇ ਮਜਾਲੀ ਵਾਲੇ ਉਹ ਛੱਡੋ ਛੱਡੋ ਜੀ ਮਾਮੇ ਦਾ ਬਚਾਅ ਕਰ ਲਈ ਜੋੜੋ ਜੋੜੋ ਬਾਈ ਜੀ ਬਹੁਤ ਧੰਨਵਾਦ ਬਾਈ ਜੀ 11 ਤਰੀਕ ਨੂੰ ਮਿਲਾਂਗੇ ਜਸਪਾਲ ਬਾਂਗਰ ਦਾ ਖੇਡ ਮੇਲਾ ਵੀਰ ਗੁਰੀ ਹੋਣਾ ਦੇ ਬੱਚੇ ਭੱਜਣਗੇ ਅਤੇ ਹੋ ਸਕਦਾ ਵੀ ਸ਼ਾਮ ਸ਼ੂਮ ਨੂੰ ਤੁਸੀਂ ਢੁੱਡੀ ਕੇ ਨਗਰ ਦਾ ਖੇਡ ਮੇਲਾ ਸਵੇਰੇ ਹੀ ਮੇਰੀ ਗੱਲ ਹੋਈ ਆ ਬਾਈ ਜਗਰੂਪ ਹੋਣਾ ਨਾ ਤਕਰੀਬਨ 11 ਤੋਂ 15 ਤੋਂ ਪਹਿਲਾਂ ਢੁੱਡੀ ਕੇ ਨਗਰ ਦਾ ਵੀ ਮੇਲੇ ਦੀ ਤਿਆਰੀ ਆ ਕਿਉਂਕਿ ਅੱਜ ਸਵੇਰੇ ਬਾਈ ਜਗਰੂਪ ਹੋਣੀ ਖੇਡ ਵੀਰੋ ਪਹਿਲਾਂ ਕੈਂਸਲ ਹੋ ਗਈ ਸੀ ਜਦੋਂ ਖੇਡ ਦੀ ਰੁਕੀ ਹੋਈ ਸੀ ਸੋ ਇੱਕ ਹੋਰ ਵੱਡੀ ਖੇਡ ਦੀ ਵੱਡੀ ਤਿਆਰੀ ਆ ਫਿਰ 27 ਅਤੇ 28 ਤਰੀਕ ਨੂੰ ਪਿੰਡ ਜਲਾਲ ਦੀਵਾਲ 27 ਤਰੀਕ ਨੂੰ ਖੀਰੇ ਦੁੱਗੇ ਬੱਚੇ ਭੱਜਣਗੇ 28 ਤਰੀਕ ਨੂੰ ਵੱਡੇ ਬੈਲ
ਸਰਦਾਰ ਜਗਦੀਪ ਸਿੰਘ ਜੀ, ਦੀਪਾ ਸਰਪੰਚ ਜਲਾਲਦੀਵਾਲ, ਬਾਈ ਕਾਲਾ, ਬਾਈ ਮਿੱਢ, ਵੀਰ ਚੀਨੂ ਹੋਣੀ, ਤੇਜਾ ਮਾਨ, ਸਾਰੇ ਵੀਰਾਂ ਨੇ ਮਿੱਤਰੋ ਉੱਥੇ ਮਿਲਾਂਗੇ, ਸੇਵਾ ਦਾ ਮੌਕਾ ਲਾਇਆ। ਅਤੇ 1 ਤਰੀਕ ਨੂੰ ਇਕੱਲੇ ਖੀਰੇ ਰਕਬੇ ਦੀ ਧਰਤੀ 'ਤੇ, ਇਹਦੇ ਵਿੱਚ ਵੀਰੋ ਹੀਤਾਂ ਦਾ ਮੈਂ ਥੋੜ੍ਹਾ ਜਿਹਾ ਦੇਖਦਾ ਵਾਂ, ਬਾਈ ਜੱਗੇ ਹੋਣੀ ਆਏ ਹੋਏ ਆ, ਤੁਹਾਨੂੰ ਹੁਣੇ ਹੀ ਕਲੀਅਰ ਹੋ ਜੂਗਾ, ਕਿਉਂਕਿ ਬਹੁਤ ਵੱਡੀਆਂ ਖੇਡਾਂ ਇਹਦੇ ਵਿੱਚ ਨੇ। ਬਾਈ ਬਿੰਦਰੀ ਵਿਛੌੜੀ, ਵਿਛੌੜੀ ਦੀ ਖੇਡ ਵੀ ਆ, 10 ਕੁ ਮੋਟਰਸਾਈਕਲ ਹੋਣਗੇ ਅਤੇ ਹੋਰ ਵੱਡੀਆਂ ਗੱਲਾਂ ਹੋਣੀਆਂ ਨੇ ਵਿੱਚ। ਆਪਣੇ ਇਲਾਕੇ ਦੀ ਇੱਕ ਖੇਡ ਆ, ਉੱਥੇ 5-6 ਆ, 1 ਅੱਧੇ ਦਿਨ 'ਚ ਤਾਂ ਤੁਹਾਨੂੰ ਨੈੱਟ 'ਤੇ ਪਤਾ ਲੱਗ ਜੂਗਾ, ਕਿਉਂਕਿ ਬਲਦ ਜੋੜਨ ਜਾੜਨ ਦਾ ਹਿਸਾਬ ਕਿਤਾਬ ਆ। ਬੰਦੇ ਕਹਿੰਦੇ ਬਾਈ ਜੀ ਬਲਦ ਕਰ ਲਈਏ। ਸੋ ਬਹੁਤ ਧੰਨਵਾਦ ਆ ਪਰਮਾਤਮਾ ਦੀ ਕਿਰਪਾ ਵੀਰੋ, ਇਹ ਸਾਰੀਆਂ ਖੇਡਾਂ 'ਤੇ ਤੁਸੀਂ ਸੇਵਾ ਦਾ ਮੌਕਾ ਦਿੱਤਾ ਹੋਇਆ। ਅਤੇ ਨਾਲ ਹੀ ਫਿਰ ਬਹਿਲਪੁਰ ਦਾ ਜਿੱਥੇ ਮਾਣਕਾਂ ਦਾ ਖੇਡ ਮੇਲਾ ਵਿਸਾਖੀ ਤੋਂ 3-4 ਦਿਨ ਬਾਅਦ 19 ਤਰੀਕ ਨੂੰ ਰੁੜਕੀ ਬਲਦ ਚੜ੍ਹਾਈ ਕਰਿਆ ਸੀ, ਉਸ ਤੋਂ 1-2 ਦਿਨ ਪਹਿਲਾਂ ਜਾਂ ਬਾਅਦ 'ਚ ਐਤਕੀ ਉੱਥੇ ਵੀ ਖੇਡ ਮੇਲਾ, ਜਿੱਥੇ ਬਾਈ ਸੰਦੀਪ ਹੋਣੀ, ਕੁਲਵੀਰ ਹੋਣੀ ਦੱਸਦੇ ਆ ਬਈ ਬਾਈ ਜੀ ਕਰ ਲਾ ਤਿਆਰੀ ਵਿੱਕੀ ਉੱਥੇ ਵੀ ਫਿਰ ਪਹੁੰਚਣ ਦੀ, ਕਿਉਂਕਿ ਸਾਰੀਆਂ ਖੇਡਾਂ ਆ ਗਈ। ਬਈ ਵੀਰੋ ਤੁਹਾਡਾ ਪਿਆਰ ਆ, ਨਿਰਮਲ ਸਿੰਘ ਬੀਲਾ ਜਿਹੜਾ ਪਰਲੇ ਪਾਸੇ ਭੱਜਿਆ, ਤੇ ਉਂਦਰੇ ਪਾਸੇ ਕਿੰਦਰ ਦੌਦਰ, ਇਹ ਦੌਦਰ ਵਾਲੇ ਕਿੰਦਰ ਦਾ ਮਿੱਤਰੋ ਚਮਕੌਰ ਸਿੰਘ ਜੀ ਆੜਤੀ ਆ, ਉਹਦਾ ਭੱਜਿਆ। ਤੇ ਬਾਈ ਕਿੰਦੀ ਕੁੱਲੇਵਾਲ ਡਾਕਟਰ ਕਹਿੰਦੇ ਆ, ਤੇ ਉਧਰੋਂ ਪੰਮੀ ਹੁਸੈਨਪੁਰੀਆ ਵੀ ਗੱਲ ਸਾਂਝੀ ਕਰਦਾ ਫਿਰਦਾ ਵੀ ਸਾਰਾ ਗਰੁੱਪ ਰਣਜੀਤ ਸਿੰਘ ਜੀ ਸੋਤਾ, ਸੋਨੀ ਵੱਲ ਵਿਛੌੜੀ, ਸੁੱਖਾ ਨਾਗਰਾ, ਗੋਲੂ ਯੋਧਾ ਵੀਰ ਜੱਸੇ ਹੋਣੀ, ਬਾਈ ਪਿੱਤਰ ਹੋਣੀ, ਬਾਈ ਪੰਮੀ ਹੁਸੈਨਪੁਰੇ ਨੇ ਸਭ ਨੂੰ ਵੀਰੋ ਪੱਗਾਂ ਦੇ ਨਾਲ ਇਹਨਾਂ ਗੱਭਰੂਆਂ ਨੂੰ, ਇਹਨਾਂ ਟੀਮ ਨੂੰ ਪੂਰਾ ਸਨਮਾਨ ਦੇਣਾ ਵਾ। ਬਹੁਤ ਧੰਨਵਾਦ ਦੀਪੀ ਕਿਲਾ ਰੈਪਰ, ਵੀਰੇ ਮਿਲ ਲਿਓ ਪੰਮੀ ਨੂੰ ਆ ਕੇ। ਦੀਪੀ ਕਿਲਾ ਰੈਪਰ ਮੇਰੇ ਕੋਲ, ਸੁੱਖਾ ਚੂੜ ਚੱਕੀ ਆ ਵੀਰੋ, ਲੇਖਾ ਜੋਖਾ ਬਾਈ ਪੰਮ ਹੋਣੀ, ਪੰਮ ਤੂੰ ਤਾਂ ਇੱਕ ਫੋਨ 'ਚ ਹੀ ਅੜ ਗਿਆ। ਗੋਲੂ ਦਾ ਫੋਨ ਆ ਗਿਆ, ਅੱਛਾ ਗੋਲੂ, ਗੋਲੂ ਹੁਣ ਤਾਂ ਕਾਗਜ਼ ਤਿਆਰ ਹੋ ਗਏ ਹੋਣੇ ਆ। ਆਉਣ ਵਾਲੀ ਟਿਕਟ ਮਿੱਤਰੋ ਪਰਮਾਤਮਾ ਦੀ ਕਿਰਪਾ ਵੀਰ, ਮਨੀ ਨਾਰਵੇ, ਸਾਰਾ ਯੋਧਾ ਨਗਰ ਵੀਰੋ, ਪੰਮ ਉਹਨਾਂ ਨੇ ਵੀ ਬੜੀ ਮਿਹਨਤ ਕੀਤੀ ਆ, ਜਸ ਉਹਨਾਂ ਨੇ ਵੱਡੇ ਬੋਰਡ ਲਾਏ ਆ, ਅਤੇ ਅਗਲੇ ਸਾਲ ਸਾਰਾ ਪਰਿਵਾਰ ਵੀਰ ਗੋਲੂ ਉਹਨਾਂ ਦਾ ਵੀ ਮਨੀ ਹੋਣੀ ਪਹੁੰਚ ਰਹੇ ਆ ਪੰਜਾਬ 'ਤੇ, ਫਿਰ ਗੱਲ ਵੱਡੀ ਆ ਗਈ ਬਾਈ। ਅਪ 25 ਸੈਕਿੰਡ 56 ਪੁਆਇੰਟ ਆ ਜੀ, 25-56। ਇਹ ਆ ਮਾਸਟਰ ਮਹਿੰਦਰ ਸਿੰਘ ਜੀ ਟਹਾਣਾ, ਜਿਹੜਾ ਅੰਦਰਲੇ ਪਾਸੇ ਭੱਜਿਆ, ਤੇ ਉੱਪਰਲੇ ਪਾਸੇ ਮਿੱਤਰੋ ਮਾਨੇ ਖਾਂ ਪਿੰਡ ਆ ਭੂਦਨ, ਇਹ ਭੂਦਨੀਆਂ ਭੱਜਿਆ ਉੱਪਰਲੇ ਪਾਸੇ, ਤੇ ਅੰਦਰਲੇ ਪਾਸੇ ਨਿੱਕੂ ਬੋਬ ਕਹਿੰਦੇ ਆ, ਤੇ ਵੱਡਾ ਸਤਿਕਾਰ ਆ ਮਿੱਤਰੋ, ਵੱਡੀਆਂ ਗੱਲਾਂ। ਬਾਈ ਜੀ ਥੋੜ੍ਹੇ ਜਿਹੇ ਬੰਦੇ ਪਿੱਛੇ ਹੋ ਜਾਓ, ਪੂਰੀ ਖੇਡ ਫਸੀ ਹੋਈ ਆ ਵੀਰੋ, ਦੇਖਦੇ ਹਾਂ ਵੀ ਕਹਾਣੀ ਹਜੇ ਕਿੱਥੇ ਜੁੜਦੀ ਆ। ਵਾਹ ਪੰਜਾਬੀਓ, ਕੱਠ ਵਾਲਾ ਮਿੱਤਰੋ ਅੱਜ ਰਿਕਾਰਡ ਟੁੱਟ ਗਿਆ, ਰਿਕਾਰਡ। ਲੋਕ ਆਲੂਆਂ ਦੀਆਂ ਵੱਟਾਂ 'ਤੇ, ਕੱਚੇ ਆਲੂਆਂ 'ਤੇ ਹੀ ਦੰਦੀਆਂ ਵੱਢੀ ਜਾਂਦੇ ਆ, ਕਿਉਂਕਿ ਸਵਾਦ ਹੀ ਇੰਨਾ ਆਇਆ ਹੋਇਆ। ਸੱਚੀ ਗੱਲ ਆ ਵੀਰੋ, ਜਦੋਂ ਇਸ਼ਕ ਹੋਵੇ ਨਾ, ਆਸ਼ਕ ਹੋਵੇ ਬੰਦਾ ਖੇਡਦਾ, ਫਿਰ ਇਹੀ ਕੁਛ ਹੁੰਦਾ ਵਾ। ਬਹੁਤ ਧੰਨਵਾਦ, ਮੇਰੇ ਕੋਲ ਬਾਪੂ ਬੈਠਾ ਜਿਹਦੀ ਨਿਗਾਹ ਹੀ ਹੈ ਨਹੀਂ, ਮੈਂ ਤਾਂ ਕੁਦਰਤੀ ਉਹਦੀ ਪੱਗ 'ਤੇ ਹੀ ਫੋਟੋ ਕਰਾਈ ਸੀ, ਕਹਿੰਦਾ ਮੈਨੂੰ ਦੀਂਦਾ ਕੁਛ ਨਹੀਂ ਹੈਗਾ। ਇਹੋ ਜਿਹੇ ਅੱਜ ਪ੍ਰੇਮੀ ਆਇਆ ਮਿੱਤਰੋ, ਇਹ NRI ਭਰਾਵਾਂ ਦਾ ਇਸ ਖੇਡ ਨੂੰ ਵੱਡਾ ਸਤਿਕਾਰ ਆ, ਅਤੇ ਕਿੱਥੇ ਖੇਡ ਚਲੇਗੀ ਵੱਟ ਬੰਨਿਆਂ ਤੋਂ ਚੱਕ ਕੇ, ਅਤੇ ਅੱਜ 3 ਖੇਡਾਂ ਨੇ, ਅਤੇ ਹਿਸਾਬ ਲਾ ਲਓ ਬਈ ਗੱਲ ਕਿੱਥੇ ਪਹੁੰਚੀ ਹੋਈ ਆ। ਸੋ ਬਹੁਤ ਧੰਨਵਾਦ, ਵੱਡੀਆਂ ਗੱਲਾਂ ਨੇ ਜਾਂਦੇ ਹੋਏ ਰਾਹੀ ਵੀ ਰੁਕ ਗਏ ਆ ਬਈ ਖੇਡ ਦਾ ਤਿਆਰਾ, ਅਤੇ ਬੀਬੀਆਂ ਭੈਣਾਂ ਦੇਖ ਲਓ ਕਿਵੇਂ ਜੁੜੀਆਂ ਹੋਈਆਂ, ਇਹਨਾਂ ਸਾਰੇ ਸਰਦਾਰਾਂ ਦੀਆਂ ਸਰਦਾਰ ਦੀਆਂ ਨੂੰ
ਉਹਨਾਂ ਦਾ ਭਰਾ ਸਿਰ ਝੁਕਾ ਕੇ ਸਿਰ ਝੁਕਾਉਂਦਾ ਵਾ ਬਹੁਤ ਧੰਨਵਾਦ ਐਵੇਂ ਨਹੀਂ ਗੱਲਾਂ ਕਰਦੇ ਕਹਿੰਦੇ ਬਲਦ ਲਾਣੇ ਦਾ ਅਤੇ ਧੀ ਘਰਾਣੇ ਦੀ ਇਹ ਘਰਾਣੇ ਦੀਆਂ ਗੱਲਾਂ ਹਾਂਜੀ ਵਿੱਕੀ ਧਨੋਆ ਬਹੁਤ ਧੰਨਵਾਦ ਵੀਰੋ ਆ ਗਈ ਬਾਈ ਦਵਿੰਦਰ ਧਨੋਆ ਦਵਿੰਦਰ ਧਨੋਆ ਕਿਹੜੇ ਪਿੰਡ ਤੋਂ ਕਿਹੜਾ ਪਿੰਡ ਆ ਜੀ ਕੜੂਆ ਕੜੂਆ ਅਮਰੀਕਾ ਤੋਂ ਬੋਲੋ ਅੱਛਾ ਅੱਛਾ ਇਹ ਉਹ ਕੜੂਆ ਨੇ ਮੈਂ ਇਹਨਾਂ ਦੀ ਗੱਲ ਸਾਂਝੀ ਕਰਦਾ ਨੌ ਯਾਦ ਰੱਖੀ ਪੱਚੀ ਸੈਕਿੰਡ ਸੱਠ ਪੁਆਇੰਟ ਆ ਜੀ ਪੱਚੀ ਸੱਠ ਮਾਰੀ ਵੀ ਘੜੀਆਂ ਤੇ ਨਿਗਾਹ ਇਹ ਆ ਵੀਰੋ ਠੁੱਲੀ ਅੰਦਰਲੇ ਪਾਸੇ ਠੁੱਲੀ ਭੱਜਿਆ ਵਾ ਬਹੁਤ ਧੰਨਵਾਦ ਵੱਡਾ ਸਤਿਕਾਰ ਆ ਗੁਰਦੀਪ ਸਿੰਘ ਜੀ ਠੁੱਲੀ ਤੇ ਬਹੁਤ ਧੰਨਵਾਦ ਵੀਰ ਵਿੱਕੀ ਧਨੋਆ ਪਿੰਡ ਘੜੂਆ ਵੀਰੋ ਬਹੁਤ ਧੰਨਵਾਦ ਬਾਈ ਜੀ ਲਵ ਯੂ ਮੈਂ ਉਹਨਾਂ ਦੀ ਗੱਲ ਸੁਣੀ ਸੀ ਵੀਰੋ ਇਹ ਪਰਿਵਾਰ ਨੇ ਪਰਸੋਂ 'ਚ ਉੱਥੇ ਖੇਡ ਕਰਾਈ ਆ ਮੈਨੂੰ ਇੱਥੇ ਬੰਦੇ ਦੱਸਦੇ ਸੀ 1,00,000 ਰੁਪਈਆ ਦਿੱਤਾ ਬਹੁਤ ਧੰਨਵਾਦ ਧਨੋਆ ਸਾਹਿਬ ਤੁਸੀਂ ਖੇਡ ਨੂੰ ਇੰਨਾ ਪਿਆਰ ਕਰਦੇ ਹੋ ਬਹੁਤ ਧੰਨਵਾਦ ਨਗਰ ਘੜੂਆ 1,00,000 ਰੁਪਈਆ ਹਾਂਜੀ ਬਾਈ ਰਿੰਕੂ ਆ ਕਰ ਲਾ ਡਾਕਟਰ ਆ ਰਿੰਕੂ ਹਾਂਜੀ ਆ ਗਈ ਬਾਈ ਵੀਰੇ ਟਾਈਮ ਦੇ ਦਿੱਤਾ ਵਿੱਕੀ ਵਿੱਕੀ ਟਾਈਮ ਦੇ ਦਿੱਤਾ ਪੁੱਛ ਲਾ ਡਾਕਟਰ ਦੱਸ ਦੇ ਇਹਨੂੰ ਜੀ ਹੋਇਆ ਕੀ ਹੋਇਆ ਕੁਛ ਨਹੀਂ ਹੈ ਜੀ ਹੋਇਆ ਅਪ 26.69 ਪੁਆਇੰਟ ਆ 26.69 ਇਹ ਆ ਚੱਲ ਨੀ ਦਲੀਪੋ ਮੇਲਾ ਲੱਗਿਆ ਛਪਾਰ ਦਾ ਉੱਪਰਲੇ ਪਾਸੇ ਬੀਟੋ ਛਪਾਰ ਤੇ ਅੰਦਰਲੇ ਪਾਸੇ ਰੋਡਾ ਕਾਈਨੋਰ ਮਨਜੀਤ ਸ਼ਾਂਤਪੁਰ ਇਹ 9,00,000 ਭੱਜਿਆ ਮਿੱਤਰੋ 9,00,000 ਠੀਕ ਆ ਜੀ 9,00,000 ਇਹਦਾ 9 ਹੀ 9 ਨੇ 9,00,000 ਇੱਕ ਹਾਰ ਬਣਾਉਣ ਦੀ ਗੱਲ ਆ ਬਈ ਸਾਈਆਂ ਮੈਨੂੰ 9,00,000 ਬਣਵਾ ਦੇ ਰੇ ਇੱਕ ਆਹ 9,00,000 ਵਾ ਅਤੇ ਜਿਹੜੇ ਪਰਸੋਂ ਧਨੋਆ ਹੋਣਾ ਨੇ ਖੇਡ ਕਰਾਈ ਆ ਘੜੂਏ ਉੱਥੇ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਆ ਸੋ ਬਹੁਤ ਧੰਨਵਾਦ ਮਿੱਤਰੋ ਇਹੋ ਜਿਹੜੇ ਦਾਨੀ ਸੱਜਣ ਆ ਨਾ ਬਾਈ ਜਰਨੈਲ ਹੋਣੀ ਆ ਮਾਣੂ ਕੇ ਬਲਦ ਨਹੀਂ ਉਹਨਾਂ ਨੇ ਰੱਖੇ ਖੇਡ ਨੂੰ ਪਿਆਰ ਕਰਦੇ ਆ 1,00,000 ਰੁਪਈਆ ਉਹਨਾਂ ਨੇ ਦਿੱਤਾ ਆ ਗਈ ਬਾਈ ਬਾਈ ਧਨੋਏ ਹੋਣਾ ਨੇ 1,00,000 ਰੁਪਈਆ ਖੇਡ ਲਈ ਦਿੱਤਾ ਥੈਂਕ ਯੂ ਬਾਈ ਜੀ ਗੋਸਲਾ ਤੋਂ ਸੰਦੀਪ ਹੋਣੀ ਬਹੁਤ ਧੰਨਵਾਦ ਵੀਰੋ ਤੁਹਾਡਾ ਦੇਣ ਕਿੱਥੇ ਦੇਵਾਂਗੇ ਪੱਚੀ ਸੈਕਿੰਡ 72 ਪੁਆਇੰਟ ਇਹ ਰਾਜੂ ਸਰਹਾਲਾ ਪੱਪੂ ਜਗਤਪੁਰ ਡੋਗਰ ਬਹੁਤ ਧੰਨਵਾਦ ਡੀਸੀ ਹੋਣੀ ਵੀਰ ਫੌਜੀ ਹੋਣੀ ਤੇ ਨਾਲ ਮਜਾਲੀਆਂ ਭੱਜਿਆ ਮਿੱਤਰੋ ਮਜਾਲੀਆਂ ਵਾਲਾ ਬੱਚਾ ਰਾਜੀ ਮਜਾਲੀਆਂ ਬਹੁਤ ਧੰਨਵਾਦ ਭਾਈ ਖੇਡ ਫਸ ਗਈ ਖੇਡ ਪੂਰੀ ਫਸ ਗਈ ਹਜੇ ਖੇਡ ਬਾਕੀ ਆ ਹਜੇ ਟਰੈਕਟਰ ਫੋਰਡ ਮਿੱਤਰੋ ਆਸੀ ਤੇ ਮਾਣੂ ਕੇ ਘੁੰਮਦਾ ਫਿਰਦਾ ਵਾ ਤੇ ਪਾਕਿਸਤਾਨ ਤੋਂ ਫੋਨ ਮੈਂ ਨਹੀਂ ਗੱਲ ਕਰਦਾ ਤੂੰ ਹੀ ਕਰ ਪਟੂਆ ਕਿਹੜਾ ਕੁਛ ਹੋਇਆ ਥੈਂਕ ਯੂ ਬਾਈ ਜੀ ਲਵ ਯੂ ਆ ਗਈ ਬਾਈ ਪਾਕਿਸਤਾਨ ਤੋਂ ਭਾਈ ਪ੍ਰੇਮੀ ਜੁੜੇ ਹੋਏ ਆ ਟੱਗੇ ਵਾਲੇ ਕੀ ਕਹਿੰਦੇ ਵੀ ਕੀ ਕਰਨਾ ਵਿੱਕੀ ਪਾਕਿਸਤਾਨ ਆ ਜੂ ਅੱਛਾ ਲਾਸ਼ ਹੀ ਆਊ ਫਿਰ ਉੱਥੋਂ ਉਹਦੀ ਨਿਰੰਜਨ ਸਿੰਘ ਧਨੋ ਥੈਂਕ ਯੂ ਬਾਈ ਜੀ ਅਪ 27.47 ਪੁਆਇੰਟ 27.47 ਨਿਰੰਜਨ ਸਿੰਘ ਜੀ ਧਨੋ ਜਿਹੜਾ ਅੰਦਰਲੇ ਪਾਸੇ ਭੱਜਿਆ ਵਾ ਤੇ ਉੱਪਰਲੇ ਪਾਸੇ ਵੱਡਾ ਸਤਿਕਾਰ ਆ ਵੀਰੋ ਬਾਬੀ ਧੀ ਇਹ ਯਾਰ ਮੇਰੇ ਪਿੰਡ ਦਿਮਾਗ 'ਚ ਨਾ ਫਿਰਦਾ ਅਤੇ ਜੱਸੂ ਘੋਲੀਆ ਮੇਰੇ ਕੀ ਨੌ ਯਾਰ ਮੋਟਰਸਾਈਕਲ ਦੀ ਭਾਈ ਚਾਬੀ ਉੱਤੇ ਲਵ ਜੂ ਲਿਖਿਆ ਹੋਇਆ ਲੈ ਜਾਓ ਕਿ
ਬਹੁਤ ਧੰਨਵਾਦ ਭਾਈ ਪਾਕਿਸਤਾਨ ਵਾਲੇ ਭਰਾਵਾਂ ਦਾ ਰਿਜੋਰ ਅੱਜ ਪਹੁੰਚਣਾ ਸੀਗਾ ਵੀਰੋ ਤਾਮਿਲਨਾਡੂ ਮਹਾਰਾਸ਼ਟਰ ਬੰਬੇ ਕਿਉਂਕਿ ਸਾਰੇ ਬੰਦਿਆਂ ਨੇ ਅੱਜ ਪਹੁੰਚਣਾ ਸੀ ਇੱਥੇ 3 ਤਰੀਕ ਨੂੰ ਇੱਥੇ ਆ ਜਾਣਾ ਸੀਗਾ ਪਿੰਡ ਨਾਗਰੇ ਰਹਿਣ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ ਜਦੋਂ ਥੋੜ੍ਹਾ ਜਿਹਾ ਕਿਲਾ ਰੈਪਰ ਦੀਆਂ ਖੇਡਾਂ ਦਾ ਪਤਾ ਲੱਗਿਆ ਫਿਰ ਮੈਂ ਬਾਈ ਸੁੱਖੇ ਨਾਲ ਸਲਾਹ ਕੀਤੀ ਪਹਿਲਾਂ ਤਾਂ ਹੋਟਲ 'ਚ ਰਹਿਣ ਦਾ ਪ੍ਰਬੰਧ ਕੀਤਾ ਸੀ ਬਈ ਬੰਦੇ ਬਹੁਤੇ ਆ ਕਹਿੰਦੇ ਬਾਈ ਜੀ ਵੀ ਅਸੀਂ ਫਿਰ ਕੁਛ ਦਿਨ ਰਹਾਂਗੇ 20 ਤਰੀਕ ਤੱਕ ਅਤੇ ਸਾਰੇ ਬੰਦਿਆਂ ਦਾ ਬਾਈ ਸੋਨੀ ਬਲ ਵਿਛੌੜੀ ਦਾ ਘੁੱਲਾ ਬਾੜੀਆਂ ਵੀ ਸੁੱਖਾ ਗੋਲੂ ਅਤੇ ਕਹਿੰਦੇ ਵੀ ਘਰੇ ਹੀ ਇੱਥੇ ਹੀ ਰਹਿਣ ਦਾ ਪ੍ਰਬੰਧ ਕਰ ਲਾਂਗੇ ਕਿਉਂਕਿ ਫਿਰ ਕਿਲਾ ਰੈਪਰ ਦਾ ਥੋੜ੍ਹਾ ਜਿਹਾ ਮੇਲਾ ਇੱਧਰ ਉੱਧਰ ਹੋਇਆ ਫਿਰ ਵੀਰੋ ਸਵਾਦ ਵਾਲੀ ਗੱਲ ਨਹੀਂ ਰਹਿਣੀ ਸੀ ਕਿਉਂਕਿ ਇਕੱਲੇ ਬੰਦੇ ਬੋਰ ਵੀ ਹੋ ਜਾਂਦੇ ਆ ਖੇਡਾਂ ਵੀ ਘੱਟ ਸੀਗੀਆਂ ਸੋ ਪਰਮਾਤਮਾ ਦੀ ਕਿਰਪਾ ਅਗਲੇ ਸਾਲ ਹੋ ਸਕਦਾ ਵੀ ਥੋੜ੍ਹੇ ਦਿਨਾਂ ਨੂੰ ਮੈਂ ਵੀ ਯੂਪੀ ਜਾ ਰਿਹਾ ਉੱਥੇ ਇੱਕ ਵਧੀਆ ਮੇਲਾ ਵਾ ਵੱਡਾ ਮਾਣ ਸਤਿਕਾਰ ਕਹਿੰਦੇ ਜੀ ਵੀ ਆਉਣਾ ਅਤੇ ਕੋਸ਼ਿਸ਼ ਕਰਾਂਗੇ ਵੀ ਉੱਥੇ ਪਹੁੰਚਣ ਦੀ ਇਹ ਵੀਰੋ ਤੁਹਾਡਾ ਪਿਆਰ ਆ ਜਿਨ੍ਹਾਂ ਨੇ ਐਡਾ ਸੇਵਾ ਕਰਨ ਦਾ ਮੌਕਾ ਮਿਲਿਆ ਅਤੇ ਟਰੈਕਟਰਾਂ ਦੀਆਂ ਗੱਲਾਂ ਨੇ ਆਉਣ ਵਾਲੇ ਸਮੇਂ 'ਚ ਟਰੱਕ ਦੀ ਵੀ ਗੱਲ ਹੁੰਦੀ ਆ ਉੱਧਰੋਂ ਸ਼ੇਰ ਗਿੱਲ ਜਗਤਪੁਰੀਆ ਜਹਾਜ਼ 'ਚ ਬੈਠਣ ਵਾਲਾ ਦਿੱਲੀ ਦੇ ਕੋਲ ਪਹੁੰਚ ਗਿਆ ਕਹਿੰਦਾ ਵਿੱਕੀ ਆਉਣ ਵਾਲੇ ਸਾਲ ਤਿਆਰੀ ਕਰ ਲਾ ਜਿਹੜਾ ਕੁਛ ਕਹੇਗਾ ਜਗਤਪੁਰ ਦੇ ਖੇਡ ਮੇਲੇ 'ਤੇ ਉਹੀ ਕੁਛ ਕਰ ਦਾਂਗੇ ਸੋ ਬਹੁਤ ਧੰਨਵਾਦ ਬਾਈ ਪੱਪੂ ਜਗਤਪੁਰ ਕਹਿੰਦੇ ਬੰਦੇ ਦੀ ਪਛਾਣ ਕਿੱਥੋਂ ਆਉਂਦੀ ਆ ਕਹਿੰਦੇ ਜਿਹਦੇ ਦੋਸਤ ਪੁਰਾਣੇ ਹੋਣ ਅਤੇ ਨੌਕਰ ਪੁਰਾਣੇ ਹੋਣ ਫਿਰ ਉੱਥੋਂ ਬੰਦੇ ਦੀ ਪਛਾਣ ਆਉਂਦੀ ਆ ਵੀ ਇਹ ਬੰਦਾ ਕਿਹੋ ਜਿਹਾ ਜਿਹੜਾ ਰੋਜ਼ ਦੋਸਤ ਬਦਲਦਾ ਰੋਜ਼ ਨੌਕਰ ਬਦਲਦਾ ਫਿਰ ਉਹ ਵੀਰੋ ਬੰਦਾ ਉਹੋ ਜਿਹਾ ਹੀ ਹੁੰਦਾ ਵਾ ਸੋ ਪੁਰਾਣੀਆਂ ਦੋਸਤੀਆਂ ਬਹੁਤ ਆ ਗਈ ਬਾਈ ਕੋਈ ਨਾ ਬਸ ਆਪਾਂ ਵੰਡ ਕੇ ਦੇ ਦਾਂਗੇ ਅਪ 27 ਸੈਕਿੰਡ 94 ਪੁਆਇੰਟ 27-94 ਇਹ ਰਣਧੀਰ ਸਿੰਘ ਜੀ ਬੀਪੁਰ ASI ਸਾਹਿਬ ਦਾ ਭੱਜਿਆ ਅਤੇ ਨਾਲ ਭੂਲੜੇ ਵਾਲਾ ਬੱਚਾ ਭੱਜਿਆ ਮਿੱਤਰੋ ਬਹੁਤ ਧੰਨਵਾਦ ਇਹ ਭੂਲੜੇ ਵਾਲਾ ਬੱਚਾ ਵੀ ਮਿੱਤਰੋ ਕਈ ਮੇਲਿਆਂ 'ਚ ਸਿਖਰ ਕਰਾ ਗਿਆ ਸੋ ਬਹੁਤ ਧੰਨਵਾਦ ਗਰਮੀਤ ਭੜੀ ਵੀਰ ਸੁੱਖੇ ਉਹਨਾਂ ਨੇ ਇਸ ਗੱਭਰੂ ਨੂੰ ਵੀ ਮੋਟਰਸਾਈਕਲ ਦਿੱਤਾ ਹਾਂਜੀ ਹਾਂਜੀ ਕੀ ਹੋ ਗਿਆ ਰੈਪਰ ਦੀਆਂ ਖੇਡਾਂ ਬਾਰੇ ਮੈਂ ਹੋ ਸਕਦਾ ਵੀ ਤੁਹਾਨੂੰ ਹੁਣੇ ਦੱਸ ਦੇਵਾਂ ਕਿਉਂਕਿ ਵੀਰੋ ਥੋੜ੍ਹਾ ਜਿਹਾ ਉੱਥੇ ਜਗ੍ਹਾ ਦਾ ਮਾੜਾ ਜਿਹਾ ਚੱਕਰ ਚੱਲ ਗਿਆ ਸੀ ਬਾਈ ਜੱਗੇ ਹੁਣੀ ਆਏ ਹੋਏ ਆ ਆਸ਼ੂ ਖੜਾ ਵਾ ਕਈ ਵਾਰੀ ਟਿਕਟ ਵਧਾ ਤੀ ਕਿਲਾ ਰੈਪਰ ਵਾਲੇ ਨੇ ਪਿਆਰ ਪਰਮਾਤਮਾ ਦੀ ਕਿਰਪਾ ਹੋਈ ਵੀਰੋ ਮੇਰੇ ਪਿੰਡ ਵੀ ਸਟੇਡੀਅਮ ਸਾਫ਼ ਹੋਣ ਲੱਗ ਗਿਆ ਗੁੱਜਰਵਾਲ ਹੋ ਸਕਦਾ ਵੀ ਖੁਸ਼ੀਆਂ ਉੱਥੇ ਵੀ ਤੁਸੀਂ ਬਖੇਰੋ ਆ ਕੇ ਸੋ ਇਹ ਮੇਲਿਆਂ ਦੀ ਬਹਾਰਾਂ ਦੀ ਰੌਤਾ ਬਹੁਤ ਧੰਨਵਾਦ ਇੰਨਾ ਪਿਆਰ ਦੇਣ ਦਾ ਉਸ ਅਕਾਲ ਪੁਰਖ ਦਾ ਧੰਨਵਾਦ ਆ ਜਦੋਂ ਅੱਜ ਸਵੇਰੇ ਮੈਂ ਘਰੋਂ ਚੱਲਿਆ ਗੁਰੂ ਮਹਾਰਾਜ ਅੱਗੇ ਆ ਕੇ ਰਮਾਲਾ ਸਾਹਿਬ ਉਹਨਾਂ ਨੂੰ ਭੇਟ ਕੀਤਾ ਪ੍ਰਸ਼ਾਦ ਬਣਾਇਆ ਮਹਾਰਾਜ ਅੱਗੇ ਘੜੀਆਂ ਰੱਖੀਆਂ ਕਿਉਂਕਿ ਵੀਰੋ ਬਹੁਤ ਵੱਡਾ ਇਹ ਰੁਤਬਾ ਜਿੱਦਾਂ ਨਾਗਰੇ ਵਾਲੇ ਸਾਰੇ ਪੰਜਾਬੀ ਭਰਾਵਾਂ ਨੇ ਮੈਨੂੰ ਇਸ ਸਟੇਜ 'ਤੇ ਖੜਾਇਆ ਸੋ ਬਹੁਤ ਧੰਨਵਾਦ ਆ ਉਸ ਅਕਾਲ ਪੁਰਖ ਦੀ ਕਿਰਪਾ ਅੱਜ ਦੁਨੀਆ ਕੋਨੇ ਕੋਨੇ 'ਤੇ ਤੁਸੀਂ ਪਿਆਰ ਕਰਦੇ ਹੋ ਅਤੇ ਖੇਡ ਦਾ ਰੰਗ ਵੱਜਿਆ ਹੋਇਆ ਛੱਡੋ ਛੱਡੋ ਬਾਈ ਜੀ ਅਤੇ ਉੱਧਰੋਂ ਮਨਦੀਪ ਸਿੰਘ ਜੀ ਮੱਲ ਮਾਜਰਾ ਛੋਟੀ ਉਮਰ ਦਾ ਗੱਭਰੂ ਆ ਵੀਰੋ ਅਤੇ ਗੱਲ ਲੋਕ ਦੱਸਦੇ ਆ ਵੀ 3 ਨਟ ਦੀ 3 ਗੋਲੀ ਨਾਲ ਵੱਧ ਤੇਜ਼ੀ ਨਾਲ ਝੰਡੀ ਡਿੱਗਦੀ ਆ ਸੋ ਅੱਜ ਉਹ ਗੱਲ ਵੱਖਰਾ ਨਜ਼ਾਰਾ ਵੱਜਿਆ ਹੋਇਆ ਅਤੇ ਖੇਡ ਸਿਖਰ 'ਤੇ ਪਹੁੰਚੀ ਹੋਈ ਆ ਯਾਰਾਂ ਨਾਲ ਬਹਾਰਾਂ ਮੇਲੇ ਮਿੱਤਰਾਂ ਦੇ ਅੱਜ ਉਹ ਭਾਈ ਉਹ ਬਾਈ ਜੀ ਕਾਹਨੂੰ ਇੰਨੇ ਪੰਮ ਇਹਨਾਂ ਦੇ ਪ੍ਰਸ਼ਾਦੇ ਬੰਦ ਕਰ ਬਾਈ ਜੀ ਨਾਲ ਪਰਮਾਣੂ ਵੀ ਛੱਡੀ ਜਾਂਦੇ ਹੋ ਜਿਹੜੇ ਬੰਦੇ ਨੂੰ ਕੋਈ ਸ਼ਿਕਾਇਤ ਆ ਖੱਬੇ ਸੱਜੇ ਹੋ ਜਾਵੇ ਕਿਉਂਕਿ ਮੈਂ ਤਾਂ ਪਾਣੀ ਦੀ ਘੁੱਟ ਵੀ ਨਹੀਂ ਭਰੀ ਥੁੱਕ ਤਾਂ ਹੈ ਹੀ ਨਹੀਂ ਵਿੱਚ ਜੀਭ ਦੇ ਵਾਹ ਆ ਜਾਓ ਕਮਲ ਆ ਜਾਓ ਬਹੁਤ ਧੰਨਵਾਦ ਹਜੇ 1-2 ਮਿੰਟ ਥੱਲੇ ਰੋਡ ਸਟੇਜ 'ਤੇ ਪਰਮਾਣੂ ਦੀ ਖੁਸ਼ਬੂ ਫਿਰਦੀ ਆ ਆ ਜਾਓ ਚੱਲ ਤੁਹਾਡੀਆਂ ਖੁਸ਼ਬੂਆਂ ਨਾਲ ਮਾੜਾ ਮੋਟਾ ਮੁਸ਼ਕ ਚੱਕਿਆ ਜਾਓ ਆਉਣ ਦਿਓ ਬਾਈ ਜੀ ਲਓ ਜੀ ਫਿਰ ਫਸ ਗਏ ਮਿੱਤਰੋ ਸਿੰਘ ਬਹੁਤ ਧੰਨਵਾਦ ਬਾਈ ਕਲਵੀਰ ਖਾਨਪੁਰ ਕਮਲ ਮਾਂਜੂਪੁਰ ਕਨੇਡਾ ਹੋ ਜਾਓ ਬਾਈ ਜੀ ਸਾਈਡ 'ਤੇ ਦੇਖਦੇ ਆ ਮਿੱਤਰੋ ਗੱਲ ਕਿੱਥੇ ਬਣਦੀ ਆ ਹਜੇ 80 'ਤੇ ਮਾਣੂ ਕੇ ਫੋਟ ਬੁੱਕਦਾ ਫਿਰਦਾ ਵਾ
ਜੱਗੀ ਆਸੀ ਪਲਾ ਗੁਰਮੁਖ ਸਿੰਘ ਜੀ ਮਾਣੂ ਕੇ ਆ ਗਈ ਬਈ ਸੀਤਲ ਸਿੰਘ ਗਰਚਾ ਪੱਚੀ ਸੈਕਿੰਡ 81 ਪੁਆਇੰਟ ਆ ਜੀ 25-81 ਇਹ ਆ ਵੀਰੋ ਸੀਤਲ ਸਿੰਘ ਜੀ ਗਰਚਾ ਜਿਹੜਾ ਅੰਦਰਲੇ ਪਾਸੇ ਭੱਜਿਆ ਜੱਗੀ ਭਾਮੀਆਂ ਤੇ ਉੱਪਰਲੇ ਪਾਸੇ ਗੁਰਜੰਟ ਸਿੰਘ ਜੀ ਲਹਿਰ USA ਉੱਪਰਲੇ ਪਾਸੇ ਜੋਗਾ ਧੂਰਕੋਟ USA ਹਾਂਜੀ ਬਾਈ ਜੀ ਰਾਜੀ ਮਜਾਲੀਆਂ ਵੱਲੋਂ ਪੰਡਿਤ ਜੱਬੋ ਮਾਜਰੇ ਨੂੰ 500-200 ਰੁਪਇਆ ਮਾਨਾ 500 ਉਹਦੇ ਵਾਲਾ ਫੜ ਤੂੰ ਇਹ ਜੱਬੋ ਮਾਜਰੀ ਪੰਡਿਤ ਦਾ ਪੰਮ ਫੜ ਲਾ ਤੂੰ ਬਹੁਤ ਧੰਨਵਾਦ ਬਾਈ ਜੀ ਥੈਂਕ ਯੂ ਮਿੱਤਰੋ ਖੇਡ ਪੂਰੀ ਫਸ ਗਈ ਪੂਰੀ ਦੇਖਦੇ ਆ ਵੀ ਕਹਾਣੀ ਕਿੱਥੇ ਵੱਜਦੀ ਆ ਇਹ ਜੋਗਾ ਧੂਰਕੋਟ ਗੁਰਜੰਟ ਸਿੰਘ ਜੀ ਲਹਿਰ ਅਮੈਰੀਕਾ ਚ ਵੱਸਦਾ ਵਾ ਤੇ ਅੰਦਰਲੇ ਪਾਸੇ ਗਰਚਾ ਵੀਰੋ ਸੀਤਲ ਉਹਦਾ ਪੁੱਤਰ ਆ ਸੋਨਾ ਗਰਚਾ ਤੇ ਸਭ ਬੰਦਿਆਂ ਚ ਜ਼ਿਕਰ ਆਉਂਦਾ ਜੱਗੀ ਭਾਮੀਆਂ ਦਾ ਅੰਦਰਲੇ ਪਾਸੇ ਭੱਜਿਆ ਕਰੋ ਕਰੋ ਬਾਈ ਜੀ ਤੇਜ਼ੀ ਥੋੜਾ ਜਿਹਾ ਰੰਗ ਬਚੇ ਹੋਰ ਖੇਡਦਾ ਇਹ ਆ ਯਾਰਾਂ ਨਾਲ ਬਹਾਰਾ ਸੱਚੀ ਗੱਲ ਆ ਮਿੱਤਰੋ ਐਡਾ ਵੱਡਾ ਇਕੱਠ ਜੁੜਨਾ ਅੱਜ ਇਸ ਖੇਡ ਮੇਲੇ ਦਾ ਨਵੇਂ ਮੇਲਿਆਂ ਦੀ ਸ਼ੁਰੂਆਤ ਹੋ ਗਈ ਆ ਪੰਜਾਬ ਦੇ ਵਿੱਚ ਪਹਿਲੀ ਵਾਰੀ ਇਸ ਖੇਡ ਦੇ ਵਿੱਚ ਟਰੈਕਟਰ ਦਿੱਤਾ ਜਾਣਾ ਵਾ ਤੇ ਇਹ ਗੱਲ ਨਾਗਰੇ ਦੇ ਇਸ ਮੇਲੇ ਨਾਲ ਜੁੜ ਗਈ ਆ ਬਹੁਤ ਧੰਨਵਾਦ ਹਾਂਜੀ ਬਹੁਤ ਧੰਨਵਾਦ ਸਰਦਾਰ ਸੁਖਦੇਵ ਸਿੰਘ ਜੀ ਹਮਾਂਜੂਪੁਰਾ ਮੈਂ ਬੇਨਤੀ ਕਰਦਾ ਬਾਈ ਜੀ ਸਟੇਜ 'ਤੇ ਆ ਜਿਓ ਮਿੱਤਰੋ ਜਦੋਂ 14 'ਚ ਖੇਡ ਹੋਣੀ ਸੀ ਹਿਮਾਂਜੂਪੁਰ ਇਸ ਪਰਿਵਾਰ ਨੇ ਮੈਨੂੰ ਮੋਟਰਸਾਈਕਲ ਦੇਣਾ ਸੀ ਫਿਰ ਨਾਗਰੇ ਆ ਕੇ ਅਸੀਂ ਖੇਡ ਭਜਾਈ ਸਣੇ ਲੰਗਰ ਪਾਣੀ ਇੱਥੇ ਆ ਗਏ ਪੁਲਿਸ ਇੱਥੇ ਵੀ ਆ ਗਈ ਸੁੱਖਾ ਮੈਨੂੰ ਕਹਿੰਦਾ ਵਿੱਕੀ ਟਰਾਲੀ 'ਚ ਖੜ੍ਹਾ ਰਹੀ ਮੈਂ ਕਿਹਾ ਖੜ੍ਹਾ ਰਹੂੰ ਪਰ ਮੈਨੂੰ ਇਹਨਾਂ ਨੇ ਖਾ ਗਈ ਬਈ ਖੜ੍ਹਨ ਜੋਗਾ ਛੱਡਣਾ ਨਹੀਂ ਅਪ 27.04 ਪੁਆਇੰਟ ਆ ਜੀ 27.04 ਇਹ ਆ ਮਹਿੰਦਰ ਸਿੰਘ ਜੀ ਪਿੰਡਾ ਜਰਗੜੀ ਜਿਹੜਾ ਉੱਪਰਲੇ ਪਾਸੇ ਭੱਜਿਆ ਤੇ ਅੰਦਰਲੇ ਪਾਸੇ ਸਰਦਾਰ ਗੁਰਦਿਆਲ ਸਿੰਘ ਜੀ ਪਿੰਡ ਆ ਰੁੜਕਾ ਫਲੌਰ ਦੇ ਲਾਗੇ ਵੀਰ ਗੋਪੀ ਹੋਣਾ ਦਾ ਕਾਲੇ ਹੋਣਾ ਦਾ ਰੁੜਕੇ ਵਾਲਿਆਂ ਦਾ ਭੱਜਿਆ ਵਾ ਤੇ ਉੱਪਰਲੇ ਪਾਸੇ ਜਰਗ ਜਰਗੜੀ ਕੋਲੋ ਕਰੀ ਚੱਲ ਚੱਲੀਏ ਜਰਗ ਦੇ ਮੇਲੇ ਮੁੰਡਾ ਤੇਰਾ ਮੈਂ ਚੱਕ ਲੂੰ ਸੋ ਵੱਡੀਆਂ ਗੱਲਾਂ ਨੇ ਮਿੱਤਰੋ ਜਰਗ ਦੀਆਂ ਬਾਈ ਗੋਲਾ ਜਰਗ ਉਹਦਾ ਸਪੁੱਤਰ ਪੈਂਕਾ ਜਿੱਥੇ ਕਬੱਡੀ ਦਾ ਉਸ ਖੇਡ ਦਾ ਵੱਡਾ ਮਹਾਨ ਆ ਤੇ ਬਹੁਤ ਧੰਨਵਾਦ ਬਾਈ ਗੋਲੇ ਜਰਗ ਦਾ ਵੀ ਮੁਖਤਿਆਰ ਸਿੰਘ ਜੀ ਜਰਗ ਬਾਈ ਸ਼ਿੰਦਾ ਕਢਾਣੀ ਪ੍ਰਧਾਨ ਜੀ ਬਿੱਟੂ ਕੂਮਕਲਾ ਬਾਈ ਜੱਗਾ ਸਿੰਘ ਜੀ ਕਿਲਾ ਰੈਪਰ ਜਿਨ੍ਹਾਂ ਦੇ ਅੱਜ ਵਿਸ਼ੇਸ਼ ਸਨਮਾਨ ਹੋਣੇ ਆ ਬਹੁਤ ਧੰਨਵਾਦ ਕੁਲਦੀਪ ਸਿੰਘ ਜੀ ਗਿੱਲਾ ਗੁਰੀ ਜਸਪਾਲ ਵਾਂਗਰ ਖਜ਼ਾਨਚੀ ਅਸ਼ਵਨੀ ਚੌਧਰੀ ਖੰਨਾ ਵੱਡੇ ਸਤਿਕਾਰ ਆ ਵੀਰੋ ਬਹੁਤ ਧੰਨਵਾਦ ਤੇ ਵੱਡੀਆਂ ਸਤਿਕਾਰ ਦੀਆਂ ਗੱਲਾਂ ਨੇ ਆ ਗਈ ਬਈ ਕਮਲ ਬਾਪੂ ਜੀ ਹੁਣੀ ਆ ਗਏ ਉਹਦੇ ਪਿੱਛੇ ਹਾਂ ਬਈ ਅਪ 28.06 ਪੁਆਇੰਟ 28.06 ਉੱਪਰਲੇ ਪਾਸੇ ਵੀਰੋ ਪਿੰਡ ਦੋਦਰ ਦਾ ਪਵਨ ਜਿਹੜਾ ਉੱਪਰਲੇ ਪਾਸੇ ਭੱਜਿਆ ਤੇ ਅੰਦਰ ਹੇੜੀਆਂ ਵਾਲਾ ਭੱਜਿਆ ਵਾ ਤੇ ਜੱਸੂ ਸੀ ਘੋਲੀ ਵਾਲਾ ਇਹਨੂੰ ਭਜਾਉਣ ਵਾਲਾ ਬੋਲ ਨਾ ਦੱਸ ਦੂੰ ਵੀ ਕਿੱਥੇ ਗਿਆ ਵਾ ਉਹ ਕੀ ਨਾਂ ਫਲੌਰ ਗਿਆ ਦੱਸਾਂ ਫਲੌਰ ਨੂੰ ਚੇਤੇ ਕਰਦੇ ਆ ਪੰਡਿਤ ਜੀ ਨੂੰ ਕਰੋ ਕਰੋ ਬਾਜੀ ਅਗਲੀ ਸ਼ਿਫਟ ਦੀ ਤਿਆਰੀ
ਆਹ ਸ਼ਿਫਟ 'ਤੇ ਵੀ ਵੀਰੋ ਵੱਡੀ ਮਾਇਆ ਲੱਗ ਗਈ, ਪਹਿਲੀਆਂ 3 ਗੱਡੀਆਂ ਨੂੰ ਵੰਡ ਕੇ ਦੇਣੀ ਆ ਥੋੜ੍ਹਾ ਥੋੜ੍ਹਾ ਪਿਆਰ। ਸੋ ਬਹੁਤ ਧੰਨਵਾਦ, ਵੱਡੀ ਖੇਡ ਆ ਮਿੱਤਰੋ ਅੱਜ, ਕਿਵੇਂ ਲੋਕ ਸਾਹ ਰੋਕ ਕੇ ਵੱਟ ਬੰਨਿਆ ਅਤੇ ਜਿੱਥੇ ਬੰਦਾ ਬਹਿ ਗਿਆ ਉੱਥੇ ਹੀ ਬੈਠਾ ਵਾ। ਆ ਗਈ ਬਾਈ ਵਾਹ, ਉਹ ਪੰਜਾਬੀ ਉਹ ਸਵਾਦ ਲਿਆ ਤਾ ਅੱਜ ਬੈਠਣ ਵਾਲਾ, ਤੁਸੀਂ ਦੇਖਣ ਵਾਲਾ ਖੇਡਦਾ ਰਿਕਾਰਡ ਰਿਕਾਰਡ ਕੱਟਦਾ। ਅਪ 27 ਸੈਕਿੰਡ 87 ਪੁਆਇੰਟ ਆ, ਇਹ ਸ਼ੋਰਾ ਹਰਿਆਣੇ ਕਾ, ਸ਼ੋਰਾ ਹਰਿਆਣੇ ਕਾ। ਬਾਈ ਜੀ ਜਿਹੜੇ ਤੁਸੀਂ ਆਲੂ ਵਾਲੇ ਖਾਲ 'ਚ ਬੈਠੇ ਹੋ ਸਵਾਦ ਆਉਂਦਾ ਤੁਹਾਨੂੰ? ਇੱਕ ਵਾਰੀ ਤਾੜੀਆਂ ਮਾਰ ਦਿਓ, ਪੂਰੀ ਦੁਨੀਆ ਦੇਖਦੀ ਆ, ਤਾੜੀਆਂ ਦੇ ਨਾਲ ਚਾਹੇ 2-4 ਆਲੂ ਵੀ ਇੱਧਰ ਨੂੰ ਸੁੱਟ ਦਿਓ। ਬਹੁਤ ਧੰਨਵਾਦ, ਜਿਉਂਦੇ ਰਹੋ, ਕਿਉਂਕਿ ਅੱਜ ਦੁਨੀਆ ਖੁਸ਼ ਆ ਬਈ ਅੱਜ ਨਾਗਰੇ ਸੁੱਖੇ ਦਾ ਮੇਲਾ, ਅੱਜ ਧਰੂ ਦੌਧਰ ਦਾ ਮੇਲਾ, ਬਲ ਬਿਛੌੜੀ ਸੋਨੀ ਦਾ ਮੇਲਾ, ਘੁੱਲੇ ਬਾੜੀਆਂ ਦਾ ਮੇਲਾ, ਨਰਿੰਦਰ ਨਾਗਰੇ ਦਾ ਮੇਲਾ, ਕੇਸਰ ਸਰਪੰਚ ਦਾ ਮੇਲਾ, ਕਲਬੀਰ ਖਾਨਪੁਰੀਏ ਦਾ ਮੇਲਾ, ਸਾਬੀ ਕਪੂਰ ਵਾਲੇ ਦਾ ਮੇਲਾ, ਕਮਲ ਹਮਾਂਜੂਪੁਰ ਵਾਲੇ ਦਾ ਮੇਲਾ, ਅਤੇ ਗੱਲ ਹਿੰਦੇ ਬਨਭੌਰੇ ਵਾਲੇ ਦਾ ਮੇਲਾ। ਹਾਂਜੀ ਬਾਈ ਜੀ, ਮਾਲਵਾ ਅਤੇ ਖਾਲਸਾ ਅਤੇ ਵੀਰੋ ਦੋਨਾਂ 'ਤੇ ਲਾਈਵ ਚੱਲਦਾ, ਜੌੜਿਆਂ ਦੇ ਮੁਕਾਬਲੇ ਇਦੋਂ ਬਾਅਦ ਜਿਹੜੀ ਸ਼ਿਫਟ ਹੋਣੀ ਆ ਬਾਈ ਜੀ, ਜਿਹੜੇ ਹੋਰ ਮੁਕਾਬਲੇ ਵਾਲੇ ਆਏ ਹੋਏ ਆ ਆ ਜਿਓ ਨੇੜੇ ਮੁਕਾਬਲੇ ਵਾਲੇ, ਕਿਉਂਕਿ ਉਹਨਾਂ ਦੇ ਚਿਹਰੇ ਤੋਂ ਵੀ ਕਰੀਮ ਥੱਲੇ ਲੈਣ ਲੱਗ ਗਈ ਆ। ਛੱਡੋ ਛੱਡੋ ਬਾਈ ਜੀ, ਬੈਠੇ ਰਹੋ ਵੀਰੋ, ਹਜੇ ਤਾਂ ਖੇਡ ਬਹੁਤ ਬਾਕੀ ਆ, ਹਿੱਲਿਓ ਨਾ, ਫਿਰ ਸ਼ਾਮ ਨੂੰ ਜਾ ਕੇ ਪੁੱਛੀ ਜਾਵੋਗੇ ਵੀ ਫੋਰਡ ਕੌਣ ਲੈ ਗਿਆ, ਮੋਟਰਸਾਈਕਲ 2 ਕੌਣ ਲੈ ਗਿਆ, ਕੱਪ ਕੌਣ ਲੈ ਗਿਆ, ਅਤੇ ਜੌੜੇ ਕੌਣ ਲੈ ਗਏ ਕਿਹੜੇ ਪਿੰਡ ਦੇ, ਇਹ ਸਾਰੀਆਂ ਕਹਾਣੀਆਂ ਵਿੱਚ ਅਧੂਰੀਆਂ ਰਹਿ ਜਾਣੀਆਂ। ਸਮੇਂ ਸਿਰ ਆਪਾਂ ਮੇਲਾ ਸਮਾਪਤ ਕਰਾਂਗੇ, ਬਹੁਤ ਧੰਨਵਾਦ ਆ ਪੰਜਾਬੀਆਂ ਦਾ, ਅਤੇ 11 ਤਰੀਕ ਨੂੰ ਮਿਲਾਂਗੇ ਵੀਰੋ ਜਸਪਾਲ ਵਾਂਗਰ ਦੇ ਖੇਡ ਮੇਲੇ 'ਤੇ, ਬੱਚਿਆਂ ਦੇ 'ਤੇ ਜਿੱਥੇ ਸੇਵਾ ਲਾਈ ਆ ਬਾਈ ਗੁਰੀ ਹੋਣਾ ਨੇ, ਪੰਜਾਬੀਆਂ ਨੇ, ਉਸ ਨਗਰ ਦੇ ਗੱਭਰੂਆਂ ਨੇ, ਇਵੇਂ ਜਿਵੇਂ ਕਿੱਥੇ ਆ ਸੋਨੂ, ਸੋਨੂ ਵੀਰ ਆਸ਼ੂ ਕਿੱਥੇ ਆ ਸੋਨੂ, ਲਿਆ ਮੈਂ ਤੇਰੇ ਵੀ ਦਰਸ਼ਨ ਕਰਾਉਣਾ, ਅਤੇ ਸੋਨੂ ਬੁਲਾ ਉਹਨੂੰ ਬੁਲਾ ਯਾਰ, ਓਏ ਹੋਏ ਹੋਏ ਮੋੜ ਯਾਰ ਮੋੜ, ਉਹਨੂੰ ਕਿੱਥੇ ਆ ਮੋੜ ਉਹਨੂੰ, ਮੈਂ ਮਿਲਾਉਣਾ ਜਿਹਨੇ ਕਬੂਤਰਾਂ ਦੀ ਬਾਜੀ 'ਤੇ ਟ੍ਰੈਕਟਰ ਦਿੱਤਾ ਸੀਗਾ, ਮੋੜ ਆਸ਼ੂ ਉਹਨੂੰ, ਕਿਉਂਕਿ ਮੈਨੂੰ ਥੋੜ੍ਹੇ ਦਿਨ ਪਹਿਲਾਂ ਮਿਲਿਆ ਉਹ, ਕਹਿੰਦਾ ਬਾਈ ਜੀ ਮੈਂ ਸੋਨੂ ਹਾਂ, ਵੀਰ ਕਮਲ ਉਹਨਾਂ ਦਾ ਰਿਸ਼ਤੇਦਾਰ ਵੀ ਆ, ਕਿਉਂਕਿ ਗਾਹਾਂ ਮੈਂ ਮਿੱਤਰੋ ਟਰੱਕ ਦਵਾਉਣਾ ਕਿਤੇ ਮੇਲੇ 'ਤੇ, ਟਰੱਕ ਪਹਿਲੀ ਗੱਡੀ ਨੂੰ ਨਾਮ ਟਰੱਕ ਹੋਣਾ ਵਾ, ਉਹ ਦਿਨ ਦੂਰ ਨਹੀਂ ਜਦੋਂ ਇਸ ਖੇਡ ਨੇ ਵੱਖਰਾ ਰੰਗ ਬਣਿਆ। ਜੌਨੀ ਹਰਿਆਣਾ ਆਸ਼ੂ ਬੁਲਾ ਤਾ ਵੀਰੇ, ਆਸ਼ੂ ਕਿਲਾ ਰੈਪਰ ਮੇਰਾ ਭਰਾ ਵਾ, ਆਉਣ ਦੇ ਵੀ ਦੁਨੀਆਂ ਨੂੰ ਮਿਲਾਈਏ ਅੱਜ ਬਈ, ਜਿੱਥੇ ਪੂਰੀ ਦੁਨੀਆਂ ਦੇ ਵਿੱਚ, ਕਿਉਂਕਿ ਵੀਰੋ ਮੇਰੀ ਕੋਸ਼ਿਸ਼ ਹੁੰਦੀ ਆ, ਜਦੋਂ ਮੈਂ ਐਤਕੀ ਜਗਤਪੁਰ ਡੋਗਰ ਸਾਹਿਬ ਨੂੰ ਮਿਲਾਇਆ ਸਰਦਾਰ ਮਨਜੀਤ ਸਿੰਘ ਹੋੜਾ ਨੂੰ, ਬੜੇ ਮੈਨੂੰ ਫੋਨ ਆਏ, ਕਹਿੰਦੇ ਬਾਈ ਜੀ ਸਾਡੀ ਰੂਹ ਖੁਸ਼ ਕਰਤੀ। ਮੈਂ ਕਿਹਾ ਜੀ ਕਿਹੜੀ ਗੱਲੋਂ, ਕਹਿੰਦੇ ਅਸੀਂ ਊਈ ਨਾ ਸੁਣਦੇ ਸੀ ਵੀ ਉਹ ਬੰਦਾ, ਪਰ ਜਦੋਂ ਦਰਸ਼ਨ ਕੀਤੇ ਵੀ ਬੰਦਾ ਕਾਇਮ ਆ, ਅਤੇ ਸੱਚੀ ਗੱਲ ਆ, ਕਹਿੰਦੇ ਸਾਡੀ ਰੂਹ ਦੀ ਖੁਰਾਕ, ਅਤੇ ਉਹਦਾ ਪੋਤਾ ਤੇਜਿੰਦਰ ਸ਼ੇਰ ਗਿੱਲ ਅੱਜ ਅਮੈਰੀਕਾ ਨੂੰ ਚੱਲਿਆ, ਅਤੇ ਬਾਈ ਪੱਪੂ ਹੋਣਾ ਦਾ ਬਹੁਤ ਧੰਨਵਾਦ ਵੀਰੋ, ਵੱਡੇ ਮਾਣ ਦਿੱਤੇ ਮੈਨੂੰ, ਕਿਉਂਕਿ ਮੈਂ ਜ਼ਿੰਦਗੀ 'ਚ 3 ਕੁ ਖੇਡਾਂ 'ਤੇ ਵੈਸੇ ਦੇਖਣ ਗਿਆ, ਕਦੇ ਮੈਂ ਊਂ ਨਹੀਂ ਗਿਆ ਵੀ ਮੈਂ ਵੈਸੇ ਹੀ ਖੇਡ 'ਤੇ ਗਿਆ ਹੋਵਾਂ ਜਾਂ ਦੇਖਣਾ, ਉਸ ਖੇਡ 'ਤੇ ਮੈਨੂੰ ਵੱਡਾ ਪਿਆਰ ਦਿੱਤਾ, ਖੁਸ਼ੀ ਵੀ ਹੋਈ, ਕਹਿੰਦਾ ਵਿੱਕੀ ਬਈ ਯਾਰੀਆਂ ਨੇ ਅੱਜ ਤੋਂ ਬਾਅਦ, ਫਿਰ ਖੇਡ ਤੋਂ ਬਾਅਦ ਅਗਲੇ ਸਾਲ ਨਾਲ ਤੇਰੇ ਨਾਲ ਪਿਆਰ ਪੈ ਗਿਆ, ਕਹਿੰਦਾ ਹੁਣ ਪੁੱਤਰ ਨੂੰ ਡੋਰੀ ਸਾਂਭਤੀ ਤੇਜਿੰਦਰ ਸ਼ੇਰਗਿੱਲ ਨੂੰ, ਜਿਹੜਾ ਕੁਛ ਮਰਜ਼ੀ ਕਰਾ ਲਈ, ਕਿਉਂਕਿ 7 ਮੋਟਰਸਾਈਕਲ ਇੱਕੋ ਪਰਿਵਾਰ ਨੇ ਉਹਨੇ ਦਿੱਤੇ ਡੋਗਰ ਹੋਣਾ ਨੇ। ਬਹੁਤ ਧੰਨਵਾਦ, ਅਤੇ ਦੇਖਦੇ ਹਾਂ ਮਾਸਟਰ ਮਹਿੰਦਰ ਸਿੰਘ ਜੀ ਟੋਹਾਣਾ, ਜੱਸੂ ਭੱਜ ਕੇ ਜਾ, ਹਜੇ ਤਾਂ ਖੇਡ ਬਹੁਤ ਬਾਕੀ ਆ, ਹਜੇ ਦੁਨੀਆਂ ਨਾਲ ਗੱਲਾਂ ਬਾਤਾਂ ਸਾਂਝੀਆਂ ਹੋਣੀਆਂ ਨੇ, ਅਤੇ ਪਿਆਰ ਹੋਣਾ ਵਾ, ਅਤੇ ਵੱਡੇ ਸਤਿਕਾਰਾ ਪਹੁੰਚ ਗਿਆ ਜੱਸੂ ਉੱਧਰ, ਅਤੇ ਇੱਧਰ ਬਾਈ ਜੀ ਸ਼ਬਦ ਤਿਆਰ ਰੱਖੋ, ਸ਼ਬਦ ਤਿਆਰ ਰੱਖੋ। ਸੋ ਬਹੁਤ ਧੰਨਵਾਦ, ਅਤੇ ਆਹ ਸ਼ਬਦ 'ਚ ਸੁੱਖਿਆ ਕਿਹਨੇ ਬਾਜੀ ਮਾਰੀ ਹੋਈ ਆ, ਮਾਸਟਰ ਮਹਿੰਦਰ ਸਿੰਘ ਜੀ ਟੋਹਾਣਾ, ਆਹ ਸ਼ਬਦ ਦੇ ਵਿੱਚ ਬਾਜੀ ਮਾਰੀ ਹੋਈ ਆ, ਹਜੇ 25 ਸੈਕਿੰਡ 56 ਪੁਆਇੰਟ। ਬਾਈ ਨਿੱਕੂ ਬਹੁਵ ਹੋਣੀ, ਰਣਵੀਰ ਹੋਣੀ ਨਾਲ ਹੀ, ਗੁੰਮੇ ਸੌਂਸਪੁਰ ਨੇ ਬਾਜੀ ਮਾਰੀ ਹੋਈ ਆ, ਹਜੇ ਤੱਕ
پچی سٹھ دے نال بولو بولو ہریانے سے کیا ہو گیا یہ پاما ایک ساڈے پنڈ بزرگ سی کتا بھرتا سی بہاری سی کہ کہنا نانگ جو کتا بھارتا نہیں ہے وہ گل ہوں پم کی ہوئی ہوئی آ ادھی ہندی تے ادھی پنجابی ادھر لاڈ گرپریت لاڈ ٹولا یاراں دا ادھے مونے تے ادھے سرداراں دا بھائی دلجیت بھی بیٹھا میرے کولے بھائی جگا بڑوندی والا مترو بھائی ججار ہونی ہے سارے بھائی ہیپی ہونی گھوڑیاں دے بڑے نواں بھائی سونو پڑین ہونی آن دو بھائی جی نہال ہونی کپور والے بھائی سب بھی ہونی بہت دھنواد سارے گھبروں دا اج یہ پیار کر دیا بھی رو اس کھیڈ نوں تے وڈے ستکار دیاں گلاں نے تے اگلیاں کھیڈاں دی مترو کر لو تیاری بشوڑی دے میلے دی گل ہن شہر میں تھانوں دس بھی دواں تاریخ آ گئی بھائی میرو گرولی والا کون میرو پورے ستائی سیکنڈ ہے بھائی جی پورے ستائی یہ اندرلے پاسے پنڈ ٹپریاں روپڑ دے لاگے جڑا گورا پجیا تے کالا جڑا پنڈ دسوہے دے کولے آ پنڈ روپو والیا جتھوں دا گاؤن والا اے ستے ہونی اٹلی والے منجیت ہونی اٹلی والے دا پجیا با لے چلو بھائی جی اگلی شفٹ دیپا گجر والیا بھی چلیا با سارے گڑبان بھیراں دا دھنواد آ تے ہن میلے دی مترو اگیا ہجے بیٹھے رہو پہلوان جی ست سری اکال منگی پہلوان بھی خان پوری آ گیا جٹ تے دیکھدے سرپنچ صاحب میرے نوں 500 روپیہ کیسر سنگھ ہونی مان دے کے گئے بہت دھنواد تے بڑے ستکار دیاں گلاں تے پمی حسین پوریا گل سانجھی کردا آ جاؤ بھائی جی نال دی نال شفٹ